पंजाबी रेडियो यूएसए, पंजाबी रेडियो यूएसए, अमेरिका च पंजाबियां दी अपनी आवाज, अपनी आवाज। पंजाबी रेडियो यूएसए सुन रहे सारे ही श्रोतियां नूं पंजाबी रेडियो यूएसए दी टीम ते मैं राजकनवीर सिंह वल्लों तुहानूं सारयां नूं निघी जी आयां नूं प्यार भरी सति श्री अकाल। ते अज जिहड़ा जी प्रोग्राम लैके हाजिर होए आ, प्रोग्राम राज नहीं सेवा। तो बिल्कुल जी अज दे जिहड़े प्रोग्राम दे विच जिहड़ी आपां गल्लबात करांगे जथेदार रणजीत सिंह हुणां दे नाल, जिहदे नाल आपां गल्लबात करांगे जो इस टाइम पंजाब दे विच जिहड़े हालात चल रहे आ, जिथे जिन्हां दा दावा, जिहड़ी सरकार दा दावा आ भी राज नहीं असीं सेवा कर रहे हां तुहाडी सारयां दी, सो उहदे उत्ते जिहड़ी गल्लबात होवेगी। तो जिथे आपां नित आए दिन कोई ना कोई जिहड़ी जी नवां कोई कांड, नवां कोई जिहड़ी करतूत उहनां सरकार वल्लों जिहड़ी कीती होई आ ਉਹ ਸਾਹਮਣੇ ਆ ਰਹੀ ਆ, ਅਤੇ ਉਸ ਹੀ ਦੇ ਉੱਤੇ ਜਿਹੜੀ ਆ ਗੱਲਬਾਤ ਕਰਾਂਗੇ। ਅਤੇ ਜਿਹੜੀ ਅੱਜ ਦੇ ਗੱਲਬਾਤ ਦਾ ਜਿਹੜਾ ਮੇਨ ਮੁੱਦਾ ਰਹੇਗਾ ਉਹ ਅਕਾਲੀ ਪਾਰਟੀ ਦੇ ਉੱਤੇ ਗੱਲਬਾਤ ਹੋਵੇਗੀ, ਨਾਲ ਜਿਹੜਾ ਜਿਹੜਾ ਕੱਲ੍ਹ ਦਾ ਕਾਂਡ ਹੋਇਆ ਆ ਜਿਸ ਦੇ ਵਿੱਚ ਇੱਕ ਧੀ ਨੂੰ ਜਿਹੜਾ ਜੀ ਛੇੜਦਾ ਸੀ ਅਕਾਲੀ ਕਾਰਕੁਨ, ਅਕਾਲੀ ਲੀਡਰ, ਅਤੇ ਉਹਨੂੰ ਜਦ ਉਹਨੂੰ ਉਹਦੇ ਜਿਹੜਾ ਜੀ ਪਿਓ ਨੇ ਜਿਨ੍ਹਾਂ ਦਾ ਨਾਮ ਰਵਿੰਦਰਪਾਲ ਸਿੰਘ, ਉਹ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਅੱਗੋਂ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ, ਉਹਦੀ ਹੱਤਿਆ ਕਰ ਦਿੱਤੀ। ਸੋ ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਅੱਜ। ਅਤੇ ਸਭ ਤੋਂ ਪਹਿਲਾਂ ਮੈਂ ਜੀ ਆਇਆਂ ਨੂੰ ਆਖਦਾ ਹਾਂ, ਜਥੇਦਾਰ ਰਣਜੀਤ ਸਿੰਘ ਹੁਣਾਂ ਨੂੰ। ਜਥੇਦਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਜੀ ਆਇਆਂ ਨੂੰ ਕਰਦੇ ਹਾਂ ਪੰਜਾਬੀ ਰੇਡੀਓ ਯੂ ਐਸ ਦੇ ਉੱਤੇ। ਅਤੇ ਮੇਰਾ ਆਪਾਂ ਸਿੱਧਾ ਆਪਾਂ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਹਾਂ, ਆਪਾਂ ਗੱਲਬਾਤ ਵੱਲ ਆਉਂਦੇ ਹਾਂ। ਅਤੇ ਸਭ ਤੋਂ ਪਹਿਲਾਂ ਮੇਰਾ ਜਿਹੜਾ ਸਵਾਲ ਰਹੇਗਾ ਵੀ ਜਿਹੜੀ ਅਸਲੀ ਅਕਾਲੀ ਪਾਰਟੀ ਸੀ ਉਹ ਸਿੱਖ ਕੌਮ ਵੱਲੋਂ, ਸੱਚੇ ਸਿੱਖਾਂ ਵੱਲੋਂ ਜਦੋਂ ਸਥਾਪਿਤ ਕੀਤੀ ਗਈ ਸੀਗੀ, ਅਤੇ ਅੱਜ ਦੀ ਅਕਾਲੀ ਪਾਰਟੀ ਦੇ ਵਿੱਚ ਜਿਹਦੇ ਵਿੱਚ ਆਪਾਂ ਨੂੰ ਇਹ ਸੁਣਨ ਦੇ ਵਿੱਚ ਆਉਂਦਾ, ਪਿਛਲੇ ਦਿਨੀ ਇੱਕ ਨਿਸ਼ਾਨ ਸਿੰਘ ਨਾਮ ਦਾ ਜਿਹੜਾ ਅਕਾਲੀ ਸੀਗਾ ਉਹਨੇ ਸ਼ਰੂਤੀ ਨੂੰ ਘਰੋਂ ਚੱਕਿਆ, ਫਿਰ ਜਿਹੜੀ ਕੱਲ੍ਹ ਖਬਰ ਸੁਣੀ ਆ ਜਿਸ ਦੇ ਵਿੱਚ ਰਣਜੀਤ ਰਾਣਾ ਜਿਹਨੇ ਇੱਕ ਪੁਲਿਸ ਅਫਸਰ ASI ਨੂੰ ਉਹਦੀ ਕੁੜੀ ਨੂੰ ਛੇੜਨ ਤੋਂ ਰੋਕਣ ਦੇ ਲਈ ਉਹਨੂੰ ਗੋਲੀਆਂ ਦੇ ਨਾਲ ਉਹਦੀ ਹੱਤਿਆ ਕਰ ਦਿੱਤੀ, ਫਿਰ ਪਿਛਲੇ ਦਿਨੀ ਜਿਹੜਾ ਨਵੰਬਰ ਦੇ ਮਹੀਨੇ ਵਿੱਚ ਮਹਿੰਦਰ ਕੌਰ ਜੋਸ਼ ਆ ਉਹਦਾ ਇੱਕ ਜਿਹੜਾ ਜੀ ਭਤੀਜਾ ਰਵੀ ਇੰਦਰ ਜੋਸ਼, ਜਿਸਨੇ ਦੋ ਕੁੜੀਆਂ ਨੂੰ ਕਤਲ ਕਰ ਦਿੱਤਾ ਜਿਪਸੀ ਦੇ ਥੱਲੇ ਦੇ ਕੇ। ਸੋ ਇਹ ਅਕਾਲੀ ਲੀਡਰ ਅਤੇ ਹੁਣ ਦੇ ਜਿਹੜੇ ਪਹਿਲੋਂ ਦੇ ਅਕਾਲੀ ਲੀਡਰ ਆ ਅਤੇ ਅੱਜ ਦੀ ਅਕਾਲੀ ਪਾਰਟੀ ਆ, ਇਹਨਾਂ 'ਚ ਕੀ ਅੰਤਰ ਆ, ਕੀ ਫਰਕ ਆ? ਮੈਂ ਮੋਟੇ ਤੌਰ 'ਤੇ ਕਹਿ ਸਕਦਾ ਜ਼ਮੀਨ ਅਸਮਾਨ ਦਾ ਫਰਕ ਆ ਜੀ। ਜਦੋਂ ਅਕਾਲੀ ਦਲ ਬਣਿਆ ਉਸ ਤੋਂ ਪਹਿਲਾਂ ਇੰਨੀ ਵੱਡੀ ਜਦੋਂ ਜਹਿਦ ਹੋਈ ਕਿ ਸਾਡੇ ਸਿੱਖ ਸਮਾਜ ਦੇ ਵਿੱਚੋਂ ਚਾਰ ਬੱਚੇ ਈਸਾਈ ਬਣ ਗਏ ਸਨ ਜੀ, ਤੇ ਉਦੋਂ ਉਹਦੇ ਤੋਂ ਚਿੰਤਤ ਹੋ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਵਰਗਿਆਂ ਨੇ ਕਲਮ ਚੁੱਕੀ ਤੇ ਨਾਵਲ ਲਿਖਣੇ ਸ਼ੁਰੂ ਕੀਤੇ। ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ ਤੇ ਇਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਕਿਤਾਬਾਂ ਲਿਖੀਆਂ, ਤੇ ਇੱਕ ਸਿੰਘ ਸਭਾ ਲਹਿਰ ਬਣੀ। ਇਸ ਸਿੰਘ ਸਭਾ ਲਹਿਰ ਤੋਂ ਵੀ ਜਿਹੜਾ ਹੋਰ ਅਨੁਭਵ ਕੀਤਾ ਸਿੱਖਾਂ ਨੇ ਕਿ ਗੁਰਦੁਆਰਿਆਂ ਵਿੱਚ ਕੁਰੀਤੀਆਂ ਹੋ ਰਹੀਆਂ ਨੇ, ਬੇਦੀ ਨਾਲ ਲਾਵਾਂ ਹੋ ਰਹੀਆਂ ਨੇ, ਤੇ ਇਹ ਸਾਰਾ ਕੁਛ ਬੜਾ ਸਿਸਟਮ ਵਿਗੜ ਚੁੱਕਾ, ਸਾਡੇ ਸਿੱਖ ਸਿਧਾਂਤ ਦੂਰ ਜਾ ਰਹੇ ਨੇ। ਜਿਹਨਾਂ ਸਿਧਾਂਤਾਂ ਲਈ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਦੋਜਹਿਦ, ਗੁਰੂ ਤੇਗ ਬਹਾਦਰ ਸਾਹਿਬ ਦੀਆਂ ਕੁਰਬਾਨੀਆਂ, ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਜਿਹੜੀਆਂ ਉਹ ਲੁਕਦੀਆਂ ਜਾ ਰਹੀਆਂ ਨੇ ਤੇ ਸਿਧਾਂਤ ਜਿਹੜਾ ਉਹ ਪਿੱਛੇ ਪੈਂਦਾ ਜਾ ਰਿਹਾ। ਉਦੋਂ ਇਹਨਾਂ ਸਿੱਖਾਂ ਨੇ ਸਭ ਤੋਂ ਪਹਿਲਾਂ ਤੇ ਇੱਕ ਖਾਲਸਾ ਦੀਵਾਨ ਮਾਝਾ, ਖਾਲਸਾ ਦੀਵਾਨ ਲਾਹੌਰ, ਖਾਲਸਾ ਦੀਵਾਨ ਲੈਲਪੁਰ ਇਹ ਬਣਾਏ। ਇਹ ਬਣਾ ਕੇ ਫਿਰ ਇਹਨਾਂ ਨੇ ਇੱਕ ਮੂਵਮੈਂਟ ਬਣਾਈ, ਪ੍ਰਬੰਧਕ ਕਮੇਟੀ 1918 ਦੇ ਵਿੱਚ ਜਿਹੜੀ ਕਮੇਟੀ ਬਣੀ। ਹੈਲੋ ਜੀ ਜੀ ਜੀ, ਉਹ ਜਿਹੜੀ ਪ੍ਰਬੰਧਕ ਕਮੇਟੀ ਬਣ ਕੇ ਤੇ ਜਿਹਨਾਂ ਨੇ ਥਾਂ ਲੈਣੀ ਸੀ ਮਹੰਤਾਂ ਕੋਲੋਂ, ਇਹ ਕੁਕਰਮ ਜਿਹੜੇ ਕਰਦੇ ਸੀ ਇਹਦੇ ਵਿੱਚ ਗੁਰਦੁਆਰਿਆਂ 'ਚ, ਉਹਨਾਂ ਤੋਂ ਛਡਾਉਣ ਲਈ ਜੀ ਜੀ, ਉਹ 1918 'ਚ ਸਭ ਤੋਂ ਪਹਿਲਾਂ ਤੇ ਇਹਨਾਂ ਸਿੱਖਾਂ ਨੇ ਆਪ ਪ੍ਰਣ ਕੀਤਾ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਸਰਾਵਾਂ ਬਣੀਆਂ ਨੇ ਤੇ ਲੰਗਰ ਬਣਿਆ ਯਾਤਰੂਆਂ ਲਈ ਬਣਿਆ, ਅਸੀਂ ਯਾਤਰੂ ਨਹੀਂ ਜੀ, ਇਸ ਕਰਕੇ ਜਦੋਂ ਵੀ ਜਾਵਾਂਗੇ ਸਰਾਂ ਦੇ ਵਿੱਚ ਨਹੀਂ ਬਲਕਿ ਪਰਿਕਰਮਾ 'ਚ ਰਹਾਂਗੇ, ਫਿਰ ਪ੍ਰਸ਼ਾਦ ਆਪਣਾ ਘਰੋਂ ਲੈ ਕੇ ਜਾਵਾਂਗੇ, ਸਾਈਕਲ ਤੇ ਜਾਂ ਬੱਸ ਤੇ ਜਾਵਾਂਗੇ, ਘਰੋਂ ਪ੍ਰਸ਼ਾਦਾ ਲੈ ਕੇ ਜਾਵਾਂਗੇ। ਜੇ ਉੱਥੇ ਛਕਣਾ ਪਿਆ ਤੇ ਉੱਥੇ ਅੰਮ੍ਰਿਤਸਰ ਵਿੱਚ ਛੋਟੇ ਛੋਟੇ ਤੰਦੂਰ ਹੁੰਦੇ ਸੀ ਜਿੱਥੇ ਇੱਕ ਆਨੇ ਦਾ ਇੱਕ ਫੁਲਕਾ ਨਾਲ ਦਾਲ ਫ੍ਰੀ ਮਿਲਦੀ ਸੀ, ਉੱਥੋਂ ਸਿੱਖ ਛਕਦੇ ਸੀ। ਫਿਰ ਉਹਨਾਂ ਨੇ ਪ੍ਰਣ ਕੀਤਾ ਕਿ ਕੋਈ ਵੀ ਆਪਣੀ ਪਿੱਛੇ ਜਾਤ ਨਹੀਂ ਲਾਊਗਾ, ਫਿਰ ਉਹ ਤੁਹਾਡੇ ਸਾਹਮਣੇ ਨੇ ਨਾ ਸਰਾਤੇਜਾ ਸਿੰਘ ਸਮੁੰਦਰੀ
तेजा सिंह पुज्जर तेजा तेजा सिंह अकरपुरी इस तरह के भागोवालिया पिंडा के नावां ते सिखा ने अपने ना दे जात गोत हटा के पिंडा के नावां नूं अगे लिआंदा। उस तों बाद ये जदोजहद 10 साल चली जदों ते उदों ये प्रबंधक कमेटी एक्ट बनिया ते जदोजहद दे विचों जदों एक्ट बनिया प्रबंध संभालिया ते उदों ही सिखा ने ਇਹ ਅਨੁਭਵ ਕੀਤਾ ਕਿ ਇਹ ਸਾਡੀਆਂ ਧਾਰਮਿਕ ਲੋੜਾਂ ਸਨ, ਧਾਰਮਿਕ ਆਜ਼ਾਦੀ ਲਈ ਅਸੀਂ ਲੜੇ ਪਰ ਅਸੀਂ ਪੋਲੀਟੀਕਲ ਆਪਣੀ ਆਵਾਜ਼ ਉਠਾਉਣ ਲਈ ਆਪਣੀਆਂ ਸਮਾਜਿਕ ਜਿਹੜੀਆਂ ਮੰਗਾਂ ਨੇ ਆਪਣੀ ਹੋਂਦ ਬਚਾਉਣ ਲਈ ਪੋਲੀਟੀਕਲ ਜਮਾਤ ਜਿਹੜੀ ਆ ਉਹ ਸਾਨੂੰ ਹੋਂਦ ਚ ਲਿਆਉਣੀ ਚਾਹੀਦੀ। ਫਿਰ 1920 ਦੇ ਵਿੱਚ ਅਕਾਲੀ ਦਲ ਬਣਿਆ ਜਿਹੜਾ ਬਣਿਆ ਸੀ ਇਹ ਗੁਰੂ ਦੇ ਸਿਧਾਂਤ ਗੁਰੂ ਦੀ ਪਰੰਪਰਾ ਤੇ ਗੁਰੂ ਦੇ ਖਾਲਸਾਈ ਆਈਡੈਂਟੀ ਵਰਗੀ ਪਹਿਚਾਣ ਨੂੰ ਜਿਉਂਦਾ ਰੱਖਣ ਲਈ। ਖਾਸ ਕਰਕੇ ਜਿਹੜਾ ਇਹਦਾ ਫਾਰਮ ਬਣਿਆ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਕੁਐਸਚਨ ਕੀਤਾ ਸੀ ਕਿ ਤੁਸੀਂ ਜਦੋਂ ਮੈਂਬਰ ਬਣਨ ਵਾਲਾ ਜਦੋਂ ਫਾਰਮ ਭਰ ਕੇ ਜਾਂਦਾ ਸੀ ਉਹ ਤੋਂ ਇੰਟਰਵਿਊ ਲਈ ਜਾਂਦੀ ਸੀ ਕਿ ਤੁਸੀਂ ਫਾਰਮ ਦੇ ਵਿੱਚ ਜਿਹੜਾ ਲਿਖਿਆ ਹੈ ਕਿ ਅੰਮ੍ਰਿਤਧਾਰੀ ਹੋ, ਕੀ ਤੁਸੀਂ ਪੰਜ ਬਾਣੀਆਂ ਦੇ ਨਿਤਨੇਮ ਕਰਦੇ ਹੋ, ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਮੁੱਖ ਵਾਕ ਜਦੋਂ ਲੈਣਾ ਹੋਵੇ ਉਦੋਂ ਕਿੱਥੋਂ ਸ਼ੁਰੂ ਕਰਨਾ, ਕਿੱਥੇ ਸਮਾਪਤ ਕਰਨਾ, ਕਿਹੜੇ ਅੰਗ ਤੋਂ ਲੈਣਾ, ਇਹ ਸਾਰੀਆਂ ਗੱਲਾਂ ਗੁਰਮਤ ਦੇ ਨਾਲ ਜੁੜੀਆਂ ਹੋਣ ਕਰਕੇ ਅਕਾਲੀ ਦਾ ਮੈਂਬਰ ਉਹ ਬਣ ਸਕਦਾ ਸੀ ਜਿਹੜਾ ਪੂਰਾ ਸਿੱਖ ਹੁੰਦਾ ਸੀ। ਤੋ ਉਹਦੇ ਬਾਅਦ ਫਿਰ ਅਕਾਲੀ ਦਲ ਜਦੋਂ ਬਣਿਆ ਤੇ ਉਹ ਬਣਿਆ ਸੀ ਆਪਣੀ ਆਵਾਜ਼ ਬੁਲੰਦ ਕਰਨ ਲਈ, ਆਪਣੀ ਹੋਂਦ ਬਚਾਉਣ ਲਈ, ਆਪਣੇ ਸਿਧਾਂਤ ਬਚਾਉਣ ਲਈ, ਨਾ ਕਿ ਸੱਤਾ ਦਾ ਸੁੱਖ ਲੈਣ ਲਈ। ਸੱਤਾ ਦਾ ਸੁੱਖ ਲਓ ਲੇਕਿਨ ਸੱਤਾ ਦੇ ਸੁੱਖ ਦੇ ਵਿੱਚ ਜਿਸ ਤਰ੍ਹਾਂ ਆਪਣਾ ਆਪ ਹੀ ਭੁੱਲ ਜਾਓ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਸੱਚੇ ਵਾਹਿਗੁਰੂ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਓ, ਕਿ ਤੂੰ ਮੈਨੂੰ ਮੋਤੀਆਂ ਦੇ ਮਹਿਲ ਤੇ ਦੇ ਦੇਵੇਂ ਵਿੱਚ ਕਸੂਰ ਤੇ ਕੁੰਗੂ ਦਾ ਲੇਪ ਹੋਵੇ, ਮੈਨੂੰ ਚਾਹ ਆਵੇ ਪਰ ਇਹ ਮਤਾਂ ਦੇਖ ਕੇ ਮੈਂ ਤੈਨੂੰ ਨਾ ਭੁੱਲ ਜਾਵਾਂ, ਇਸ ਤਰ੍ਹਾਂ ਨਾ ਭੁੱਲ ਜਾਵਾਂ ਕਿ ਤੇਰਾ ਨਾਂ ਹੀ ਨਾ ਚੇਤਾ ਆਵੇ। ਤੋ ਇਹ ਸਤਾ ਜਿਹੜੀ ਆ ਸਾਨੂੰ ਸਾਰਾ ਕੁਛ ਭੁਲਾ ਦੇਵੇ। ਉਹ ਸਤਾ ਲੈਣ ਲਈ ਅਕਾਲੀ ਦਲ ਨਹੀਂ ਸੀ ਬਣਿਆ, ਅਕਾਲੀ ਦਲ ਇੱਕ ਮਕਸਦ ਲਈ ਬਣਿਆ ਸੀ। ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹਦੀ ਖਾਸ ਡਿਊਟੀ ਹੁੰਦੀ ਸੀ ਕਿ ਉਹ ਆਪ ਅੰਮ੍ਰਿਤ ਦਾ ਬਾਟਾ ਫੜ ਕੇ ਤੇ ਅੰਮ੍ਰਿਤ ਦਾ ਸੰਚਾਰ ਅੰਮ੍ਰਿਤ ਦਾ ਪ੍ਰਚਾਰ ਕਰਨ ਲਈ ਮੈਦਾਨ ਵਿੱਚ ਆਵੇ। ਉਹਨਾਂ ਦੇ ਪਰਿਵਾਰਾਂ ਦੀ ਡਿਊਟੀ ਹੁੰਦੀ ਸੀ ਕਿ ਉਹ ਆਪਣੇ ਪਿਤਾ ਦੇ ਪੁਰਖਾਂ ਦੇ ਪੂਰਨਿਆਂ ਤੇ ਚੱਲ ਕੇ ਸਮਾਜਿਕ ਏਕਤਾ ਰੱਖਣ, ਗੁਰੂ ਗੁਰਮਤ ਵਾਲੀ ਘਰ ਦੇ ਵਿੱਚ ਰਵਾਇਤ ਰੱਖਣ। ਘਰਾਂ ਦੇ ਵਿੱਚ ਵੱਡੇ ਵੱਡੇ ਪਰਿਵਾਰ ਪਲਦੇ ਸੀ, ਘਰਾਂ ਦੇ ਵਿੱਚ ਏਕਤਾ ਸੀ, ਘਰਾਂ ਦੇ ਵਿੱਚ ਦੁੱਖ ਸੁੱਖ ਵੰਡਿਆ ਜਾਂਦਾ ਸੀ, ਘਰਾਂ ਦੇ ਵਿੱਚ ਸਹਿਣਸ਼ੀਲਤਾ ਸੀ। ਅੱਜ ਜਿਹੜਾ ਸਮਾਜ ਟੁੱਟ ਰਿਹਾ, ਜਿਹੜੇ ਰਿਸ਼ਤੇ ਟੁੱਟ ਰਹੇ ਨੇ, ਮਨੁੱਖੀ ਰਿਸ਼ਤੇ ਟੁੱਟ ਰਹੇ ਨੇ, ਜਿਹੜੇ ਇਹ ਅੱਜ ਮੁੰਡੇ ਬੇਲਗਾਮ ਹੋ ਰਹੇ ਨੇ, ਜਿਹੜੇ ਕੇਸ ਕਤਲ ਕਰ ਕਰਕੇ ਤੇ ਸੁੱਟੀ ਜਾ ਰਹੇ ਨੇ, ਜਿਹੜੇ ਕਾਂਟੇ ਪਾਈ ਜਾ ਰਹੇ ਨੇ, ਇਹ ਉਸ ਅਣਹੋਣ ਦੀ ਵਜ੍ਹਾ ਕਰਕੇ ਆ। ਸਿਰਫ ਤੇ ਸਿਰਫ ਪੈਸਾ ਤੇ ਇੱਕ ਸਤਾ ਰਹਿ ਗਈ। ਉਹ ਅਕਾਲੀ ਦਲ ਜਿਹੜਾ ਬਣਿਆ ਸੀ ਕਦੇ ਕਿਸੇ ਮਕਸਦ ਲਈ, ਉਹ ਅਕਾਲੀ ਦਲ ਅੱਜ ਇੱਕ ਪਰਿਵਾਰ ਲਈ, ਪਰਿਵਾਰ ਦਾ ਪਿੱਛ ਲੱਗ ਜਾਂ ਕਹਿ ਲਓ ਜਾਂ ਇੱਕ ਕੰਮੀ ਕਹਿ ਲਓ, ਉਹ ਬਣ ਕੇ ਰਹਿ ਗਿਆ। ਵੱਡੇ ਵੱਡੇ ਸੰਤ ਖੋਣ ਵਾਲੇ ਵੀ ਉਹ ਪਰਿਵਾਰ ਦੇ ਚਰਨੀ ਲੱਗ ਗਏ। ਉਹ ਪਰਿਵਾਰ ਦੇ ਵਿੱਚ ਕਿੱਥੇ ਤੇ ਉਹ ਮੈਂਬਰ ਬਣਦਾ ਸੀ ਅਕਾਲੀ ਦਲ ਦਾ, ਉਹ ਜਿਹਨੂੰ ਪੰਜ ਬਾਣੀਆਂ ਦਾ ਨਿਤਨੇਮ ਆਉਂਦਾ ਸੀ, ਜਿਹੜਾ ਪੂਰਨ ਗੁਰਸਿੱਖ ਤੇ ਅੰਮ੍ਰਿਤਧਾਰੀ ਸੀ, ਕਿੱਥੇ ਅੱਜ ਦੇਖਿਆ ਜਾਂਦਾ ਕਿ ਬਾਦਲ ਦਾ ਜਵਾਈ ਇਹਨੂੰ ਟਿਕਟ ਦੇ ਦਿਓ, ਇਹ ਬਾਦਲ ਦੇ ਪੁੱਤਰ ਦਾ ਸਾਲਾ ਇਹਨੂੰ ਟਿਕਟ ਦੇ ਦਿਓ, ਇਹ ਬਾਦਲ ਦੀ ਨੂੰਹ ਆ ਇਹਨੂੰ ਟਿਕਟ ਦੇ ਦਿਓ, ਇਹ ਬਾਦਲ ਦਾ ਭਤੀਜਾ ਇਹਨੂੰ ਟਿਕਟ ਦੇ ਦਿਓ। ਇਹ ਸਾਰਾ ਕੁਣਬਾ ਜਿਹੜਾ ਉਹ ਇੱਕ ਪਹਿਲਾਂ ਪੰਜਾਬੀ ਦਲ ਬਣਾ ਲਿਆ ਇਹਨਾਂ ਨੇ ਉਸ ਅਕਾਲੀ ਦਲ ਤੋਂ, ਉਸ ਅਕਾਲੀ ਦਲ ਤੋਂ ਜਿਹੜਾ ਪੰਜਾਬੀ ਦਲ ਬਣਿਆ ਉਹ ਅੱਜ ਪਰਿਵਾਰ ਦਲ ਚ ਬਣ ਕੇ ਲਿਮਿਟਡ ਕੰਪਨੀ ਬਣ ਗਿਆ ਤੇ ਉਹ ਪੈਸਾ ਕਮਾ ਰਿਹਾ। ਅਕਾਲ ਤਖ਼ਤ ਖਾਮੋਸ਼ ਆ ਕਿਉਂਕਿ ਉੱਥੇ ਨੌਕਰ ਬਿਠਾ ਦਿੱਤੇ, ਉਹ ਕੁਛ ਬੋਲ ਨਹੀਂ ਸਕਦੇ। ਕੱਲ ਦੀਆਂ ਗੱਲਾਂ ਨੇ ਕਲੀਨ ਚਿੱਟ ਦੇ ਰਹੇ ਨੇ ਰਾਧਾ ਸਵਾਮੀਆਂ ਨੂੰ, ਤੇ ਰਾਧਾ ਸਵਾਮੀ ਅੱਜ ਆਗੂ ਕਹਿ ਰਿਹਾ ਕਿ ਨਹੀਂ ਅਸੀਂ ਗੁਰਦੁਆਰਾ ਬਣਾ ਕੇ ਦੇਵਾਂਗੇ, ਗਲਤੀ ਕੀਤੀ ਅਸੀਂ ਢਾ ਕੇ। ਉੱਥੇ ਅਕਾਲ ਤਖ਼ਤ ਦੀ ਅਹਿਮੀਅਤ ਕੀ ਰਹਿ ਗਈ? ਇੱਕ ਗੁਰਬਾਣੀ ਦਾ ਨਾਲ ਪ੍ਰੇਮ ਹੋਣ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਨੂੰ ਮੁੱਲ ਸਾਰਾ ਕੁਛ ਮੁੱਲ ਵੱਟ ਲੈਣ ਵਾਲੀ ਗੱਲ ਜਿਹੜੀ ਆ ਉਹ ਗੁਰਬਾਣੀ ਦਾ ਚੈਨਲ ਜਿਹੜਾ ਆਪਣਾ ਚਲਾ ਕੇ, PTC ਤੇ 5-6 ਚੈਨਲ ਹੋਰ ਚਲਾ ਕੇ, ਇੱਕ ਕੇਬਲ TV ਤੇ ਕਬਜ਼ਾ ਕਰਕੇ, ਕਰੋੜਾਂ ਰੁਪਏ ਦੀ ਇਨਕਮ ਬਾਹਰੋਂ ਵਿਦੇਸ਼ਾਂ ਚੋਂ ਜਿਹੜੀ ਹੋ ਰਹੀ ਆ PTC ਨੂੰ ਐਡਵਰਟਾਈਜਮੈਂਟ ਦੀ, ਉਹ ਕਮਾਈ ਹੋ ਰਹੀ ਆ।
ट्रांसपोर्ट बंद पई आ पंजाब दी, अपनी ट्रांसपोर्ट चालू आ। जो जिन्ना भी अज पंजाब दा खजाना खाली पिया, 400-500 करोड़ दे बिल जमा पए ने, जिहड़े देण वाले ने पैसा देण नूं नहीं, लेकिन दमगजे मारे जा रहे ने। वड्डे वड्डे पंथ दीआं गल्लां हो रहीआं ने, पर पंथ दी जिहड़ी तस्वीर है ओह तुहाडे सामणे आ। वड्डे वड्डे बोर्ड तुसीं होल्डिंग देख रहे हो, सिर मुंह मला के मुतियां पाउण वाले जिहड़े सीनियर आगू अखवा रहे ने, कोई कौमी जनरल सकत्तर अखवा रहे ने। ਤੇ ਇਸ ਤਰ੍ਹਾਂ ਦੀ ਹਾਲਾਤ ਨੇ ਕਿ ਤੁਸੀਂ ਦੇਖੋ ਘਰ ਜਾ ਰਹੇ ਨੇ ਤੇ ਬੰਦੂਕ ਦੇ ਬਲ ਨਾਲ, ਲਾਠੀ ਦੇ ਬਲ ਨਾਲ ਕੁੜੀ ਚੁੱਕ ਕੇ ਲਿਆ ਰਿਹਾ ਨਿਸ਼ਾਨ ਸਿੰਘ ਜੀ ਜੀ ਉਹ ਖਾਸਮ ਖਾਸ ਸੁਖਬੀਰ ਸਿੰਘ ਇੱਕ ਪੁਲਿਸ ਉਹਦੀ ਅਜੇ ਤੱਕ ਉਹਦੀ ਜਦਕਿ ਸਾਰੇ ਫਰੀਦਕੋਟ ਨੇ ਇੰਨਾ ਵੱਡਾ ਪ੍ਰੋਟੈਸਟ ਕੀਤਾ ਕਿ ਇਹ ਇਹ ਜਿਹੜੀ ਧੱਕੇਸ਼ਾਹੀ ਜਿਹੜੀ ਬੁਰਸ਼ਾਗਰਦੀ ਹੈ ਨਹੀਂ ਹੋਣੀ ਚਾਹੀਦੀ। ਧੀਆਂ ਭੈਣਾਂ ਜਿਹੜੀਆਂ ਸਿੱਖ ਕਦੀ ਇਹਨਾਂ ਦੀ ਇੱਜ਼ਤ ਕਰਦੇ ਸੀ, ਸਿੱਖ ਇਹਨਾਂ ਨੂੰ ਛਡਾਉਂਦੇ ਸੀ, ਅੱਜ ਉਹ ਸਿੱਖ ਘਰਾਂ ਚੋਂ ਆ ਕੇ ਚੁੱਕਣ ਪੈ ਗਏ। ਉਹ ਪੁਲਿਸ ਉਹਨਾਂ ਦੀ ਸਪਨਾਈ ਕਰਦੀ ਨਹੀਂ ਜੀ, ਲੜਕੀ ਆਪਣੀ ਮਰਜ਼ੀ ਨਾਲ ਗਈ। ਮੈਂ ਸਮਾਜ ਵਿੱਚ ਰਹਿੰਦਾ, ਤੁਸੀਂ ਵੀ ਰਹਿੰਦੇ ਹੋ, ਜਿਹੜੀ ਲੜਕੀ ਨੇ ਆਪਣੀ ਮਰਜ਼ੀ ਨਾਲ ਜਾਣਾ ਉਹ ਆਪਣੀ ਮਾਂ ਦੀਆਂ ਬਾਹਾਂ ਕਿਉਂ ਤੁੜਵਾਊਗੀ, ਉਹਦੀਆਂ ਲੱਤਾਂ ਕਿਉਂ ਤੁੜਵਾਊਗੀ। ਤੋ ਕੱਲ ਦੀ ਗੱਲ ਹੈ, ਜਿਹੜਾ ਜਿਹੜਾ ਕੇਸ ਹੋਇਆ, ਇੱਕ ਸਬ ਇੰਸਪੈਕਟਰ ਉਹਦੀ ਬੇਟੀ ਨੇ ਜਦੋਂ ਉਹਨੂੰ ਟੈਲੀਫੋਨ ਕੀਤਾ ਵੀ ਜਿਹੜਾ ਰੋਜ਼ ਮੈਨੂੰ ਮੁੰਡੇ ਤੰਗ ਕਰਦੇ ਹੋ, ਅੱਜ ਫੇਰ ਆਪਣੀ ਗੱਡੀ ਉਸੇ ਨੰਬਰ ਦੀ ਲੈ ਕੇ ਤੇ ਬਾਹਰ ਖੜੇ ਨੇ ਬੈਂਕ ਦੇ, ਤੇ ਉਹ ਵਿਚਾਰਾ ਜਦੋਂ ਆਇਆ ਤੇ ਉਹਨੂੰ ਗੋਲੀਆਂ ਨਾਲ ਨਵਾਜਿਆ ਗਿਆ ਜੀ। ਫਿਰ ਮੈਂ ਵੀ ਸਮਝਦਾ ਕਿ ਚਲੋ ਕਿਤੇ ਗਰਮਾ ਗਰਮੀ ਚ ਚੱਲ ਜਾਂਦੀ ਗੋਲੀ, ਪਰ ਗੋਲੀਆਂ ਚੱਲੀਆਂ, ਗੋਲੀ ਅਟਕ ਗਈ, ਕੁੜੀ ਨੂੰ ਗੋਲੀ ਮਾਰੀ, ਉਹ ਵੀ ਵਿੱਚ ਅੜ ਗਈ। ਉਦੋਂ ਬਾਅਦ ਘਰੋਂ ਰਾਈਫਲ ਲਿਆ ਕੇ 25 ਮਿੰਟ ਬਾਅਦ ਫੇਰ ਉਹਦੀ ਛਾਤੀ ਚ ਕਾਰ ਚੋਂ ਕੱਢ ਕੇ ਗੋਲੀ ਮਾਰੀ ਉਹਨੂੰ। ਏਡੀ ਵੱਡੀ ਗੁੰਡਾਗਰਦੀ, ਏਡਾ ਵੱਡਾ ਗੁਨਾਹ, ਏਡੀ ਵੱਡੀ ਦਿਲਵਧੀ ਉਹ ਅਕਾਲੀ ਲੀਡਰਾਂ ਦੀ। ਸੋ ਇਹ ਇਹ ਸਾਡੇ ਜੋ ਅਕਾਲੀ ਦਲ ਦਾ ਜੋ ਹਾਲ ਆ, ਇਹ ਤੇ ਅਕਾਲ ਪੁਰਖ ਸੱਚੇ ਵਾਹਿਗੁਰੂ ਆਪ ਜਾਣਦਾ ਜਿਹਨੇ ਪੰਥ ਸਾਜਿਆ। ਤੇ ਮੈਂ ਮਹਿਸੂਸ ਕਰਦਾ ਕਿ ਅਸੀਂ ਸਾਨੂੰ ਉਸ ਰੱਬ ਤੇ ਭਰੋਸਾ ਰੱਖਣਾ ਚਾਹੀਦਾ, ਉਹ ਇੱਕ ਦਿਨ ਇਸ ਪਰਿਵਾਰ ਦੀ ਜ਼ਰੂਰ ਸੁਧ ਲਊਗਾ। ਇਹ ਇਹ ਕਿਸੇ ਭੁਲੇਖੇ ਚ ਹੋ ਸਕਦਾ ਇਹ ਪਰਿਵਾਰ, ਪਰ ਕੌਮ ਜਾਂ ਧਰਮ ਨਹੀਂ ਹੋ ਸਕਦਾ। ਉਸ ਸਮੇਂ ਤੋਂ ਲੈ ਕੇ ਸਿੱਖਾਂ ਦੀ ਇੱਕ ਆਸਾ ਬਣੀ ਕਿ ਸਾਡੀ ਅਕਾਲੀ ਦਲ ਸਾਡੇ ਪੰਥ ਦੀ ਪਾਰਟੀ ਆ, ਪੰਥ ਲਈ ਜਿਉਂਦੀ, ਪੰਥ ਲਈ ਮਰਦੀ ਆ, ਪੰਥ ਲਈ ਕੁਰਬਾਨੀਆਂ ਹੋਈਆਂ, ਪੰਥ ਲਈ ਜ਼ਮੀਨਾਂ ਜਾਇਦਾਦਾਂ ਕੁਰਕ ਹੋਈਆਂ, ਪੰਥ ਲਈ ਲੋਕਾਂ ਨੇ ਸੜਕਾਂ ਤੇ ਗੋਲੀਆਂ ਖਾਧੀਆਂ, ਰੇਲਾਂ ਥੱਲੇ ਆਏ। ਪਰ ਅੱਜ ਉਹ ਪਰਿਵਾਰ ਜਿਹੜਾ ਉਹ ਪੰਥ ਨੂੰ ਭੁਣਾ ਕੇ ਪੰਥ ਦਾ ਨਜਾਇਜ਼ ਫਾਇਦਾ ਲੈ ਕੇ ਆਪਣੇ ਆਪ ਨੂੰ ਪਾਲਦਾ ਪਿਆ, ਤੇ ਉਹ ਭਰਮ ਦੇ ਵਿੱਚ ਆਪਣੇ ਆਪ ਨੂੰ ਪਾਲਦਾ ਪਿਆ। ਅਧੋ ਗਦੀ ਦੀ ਮੌਤ ਦੇ ਵਿੱਚ ਦੇ ਮੂੰਹ ਦੇ ਵਿੱਚ ਇਹ ਪਰਿਵਾਰ ਇੱਕ ਦਿਨ ਜਾਣਾ, ਤੇ ਇਹ ਛੁਟਕਾਰਾ ਹੋਊਗਾ ਜ਼ਰੂਰ ਗੁਰੂ ਘਰ ਦਾ ਜਾਂ ਗੁਰੂ ਦੇ ਸਿਧਾਂਤ ਦਾ ਜਾਂ ਅਕਾਲੀ ਦਲ ਜਿਹੜਾ ਗੁਰੂ ਸਿਧਾਂਤ ਨੂੰ ਬਚਾਉਣ ਲਈ ਬਣਿਆ। ਮੇਰਾ ਇਹ ਵਿਸ਼ਵਾਸ ਆ ਕਿ ਭਾਵੇਂ ਇੱਕ ਇੱਕ ਕਰਕੇ ਸਾਰੇ ਸਾਧ ਜਾ ਵੜੇ ਉਹਦੇ ਚਰਨਾਂ ਚ, ਭਾਵੇਂ ਸਾਰੇ ਅਕਾਲੀ ਲੀਡਰ ਜਾ ਵੜੇ, ਪਰ ਇਹ ਸਵਾਰਥ ਜਿਹੜਾ ਹੈ ਜਿਹੜਾ ਇਹਨਾਂ ਨੂੰ ਉਹਨਾਂ ਦੇ ਪੈਰਾਂ ਚ ਲੈ ਗਿਆ, ਇਹ ਉਹਨੂੰ ਧੱਕਾ ਵੀ ਦੇ ਕੇ ਆਉਣਗੇ ਇੱਕ ਦਿਨ, ਇਹ ਮੇਰਾ ਵਿਸ਼ਵਾਸ ਹੈ। ਬਿਲਕੁਲ ਜੀ, ਪਾਪਾਂ ਦਾ ਕਹਿੰਦੇ ਘੜਾ ਅਕਸਰ ਭਰ ਜਾਂਦਾ ਹੈ, ਤੇ ਜਦੋਂ ਹੋ ਜਾਂਦਾ ਹੈ ਤੇ ਉਦੋਂ ਕਿਤੇ ਨਾ ਕਿਤੇ ਛੁਟਕਾਰਾ ਫਿਰ ਉਹਦਾ ਹੁੰਦਾ ਹੈ। ਤੇ ਅਗਲਾ ਸਵਾਲ ਜਿਹੜਾ ਹੈ ਜੀ, ਉਹ ਮੇਰਾ ਰਹੇਗਾ ਵੀ ਜਿੱਦਾਂ ਆਪਾਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਕਿਸੇ ਟਾਈਮ ਤੇ ਜਿਹੜਾ ਸਿੱਖਾਂ ਦੀ ਜਿਹੜੀ ਗੱਲ ਹੁੰਦੀ ਸੀ ਵੀ ਧੀਆਂ ਭੈਣਾਂ ਦੀ ਇੱਜ਼ਤਾਂ ਜਿਹੜੀਆਂ ਬਚਾਉਂਦੇ ਸੀਗੇ, ਰਾਖੀ ਕਰਨ ਵਾਲੇ ਸੀਗੇ, ਉਹ ਆਪ ਆ ਕੇ ਉਹਨਾਂ ਦੇ ਘਰੋਂ ਹੀ ਜਾ ਕੇ ਉਹਨਾਂ ਦੀਆਂ ਚੱਕੀ ਜਾਂਦੇ ਆ। ਤੇ ਵੱਡੀ ਗੱਲ ਵੀ ਇੱਕ ਸਬ ਇੰਸਪੈਕਟਰ, ਇੱਕ ਪੁਲਿਸ ਦਾ ਮੁਲਾਜ਼ਮ ਜਿਹਨੇ ਪਹਿਲਾਂ ਵੀ ਗੁਹਾਰ ਲਾਈ ਵੀ ਨਾ ਕਰੋ ਇੱਦਾਂ, ਫਿਰ ਉਸ ਤੋਂ ਬਾਅਦ ਜਿਹੜੇ ਆ ਜੀ ਉਹਦੇ ਨਾਲ ਇਹ ਹੋਇਆ, ਫਿਰ ਸ਼ਰੂਤੀ ਦੇ ਨਾਲ ਇਹ ਹੋਇਆ ਵੀ ਇਹ ਜਿਹੜੀ ਇਹ ਸਿੱਖ ਆ ਇਹ ਕਿੱਧਰ ਨੂੰ ਜਾ ਰਹੇ ਆ, ਕੀ ਹੋ ਰਿਹਾ ਇੱਥੇ? ਇਹ ਸਾਹਿਬ ਤੁਹਾਡੇ ਕੋਲ ਦੋ ਕੇਸ ਆ ਚੁੱਕੇ ਨੇ ਜਿਹੜੇ ਜਿਹਦੀ ਅੱਤ ਹੋ ਗਈ ਤੇ ਅਖਬਾਰਾਂ ਚ ਛਪ ਚੁੱਕੇ ਨੇ ਜੀ। ਇਥੋਂ ਦਾ ਮੀਡੀਆ ਜਿਹੜਾ ਉਹ ਮੀਡੀਆ, ਪਹਿਲੀ ਗੱਲ ਜਿਹੜਾ ਪ੍ਰਿੰਟ ਮੀਡੀਆ ਉਹ ਤੇ ਸਿਰਫ ਟਿਕਿਆ ਹੋਇਆ ਇਸ਼ਤਿਹਾਰਾਂ ਤੇ ਜੀ। ਇਸ਼ਤਿਹਾਰ ਸਰਕਾਰ ਦੇ ਰਹੀ ਹੈ ਖੁੱਲੇ ਮਨ ਨਾਲ, ਸਰਕਾਰ ਦੇ ਖਜ਼ਾਨੇ ਚ ਭਾਵੇਂ ਕੁਛ ਨਾ ਹੋਵੇ ਪਰ ਇਸ਼ਤਿਹਾਰਾਂ ਦੇ ਚ ਆਪਣੀ ਖਬਰ ਨਹੀਂ ਉਹ ਮਾਰੀ ਜਾਣਾ ਚਾਹੁੰਦੇ ਜੀ। ਉਹ ਪਹਿਲਾਂ ਸੈਂਸਰ ਹੋ ਕੇ ਖਬਰ, ਖਾਸ ਕਰਕੇ ਆ ਹਰਚਰਨ ਬੈਂਸ ਵਰਗੇ ਜਿਹੜੇ ਪੱਤਰਕਾਰ ਜਿਨ੍ਹਾਂ ਨੂੰ ਕਦੀ ਬੇਅੰਤ ਸਿੰਘ ਨੇ ਆਪਣਾ ਮੀਡੀਆ ਐਡਵਾਈਜ਼ਰ ਬਣਾਇਆ, ਉਸ ਤੋਂ ਬਾਅਦ ਹਰਚਰਨ ਸਿੰਘ ਸੀਐਮ ਬਣਿਆ ਉਹਨੇ ਮੀਡੀਆ ਐਡਵਾਈਜ਼ਰ ਇਹਨੂੰ ਬਣਾਇਆ, ਉਸ ਤੋਂ ਬਾਅਦ ਬੀਬੀ ਭੱਠਲ ਬਣੀ ਉਹਨੇ ਮੀਡੀਆ ਐਡਵਾਈਜ਼ਰ ਬਣਾਇਆ, ਉਸ ਤੋਂ ਬਾਅਦ ਫਿਰ ਇਹ ਬਾਦਲ ਬਣਿਆ ਉਹਨੇ ਇਹਨੂੰ ਮੀਡੀਆ ਐਡਵਾਈਜ਼ਰ ਬਣਾ ਕੇ ਕੈਬਨਿਟ ਰੈਂਕ ਦਿੱਤਾ, ਕੈਬਨਿਟ ਰੈਂਕ ਦੇ ਕੇ, ਕੈਬਨਿਟ ਰੈਂਕ ਦਾ ਮੰਤਰੀ ਪਦ ਦਾ ਰੈਂਕ ਦੇ ਕੇ ਉਹਨੂੰ ਮੀਡੀਆ ਐਡਵਾਈਜ਼ਰ। ਉਹ ਸਾਰਾ ਕੁਛ ਇਹਨਾਂ ਤੇ ਚਾਦਰ ਪਾਉਂਦਾ, ਇਹਨਾਂ ਦੀ ਗੰਦਗੀ ਤੇ ਇਹਨਾਂ ਦੀ ਬੁਦਬੋ ਨੂੰ ਢੱਕ ਕੇ ਫਿਰ ਉਹ ਪ੍ਰੈਸ ਰਿਲੀਜ਼ ਕਰਦਾ ਜੀ। ਤੇ ਇਹ ਮੀਡੀਆ ਦੇ ਵਿੱਚ ਕਿਤੇ ਇਹਨਾਂ ਦੀਆਂ ਜਿਹੜੀਆਂ ਉਹ ਨਹੀਂ ਆ ਰਹੀਆਂ,
ਇਹ ਖਾਸ ਕਰਕੇ ਜਿਹੜਾ ਸੁਖਵੀਰ ਦਾ ਸਾਲਾ ਜਿਹੜਾ ਇਹ ਅੱਜ ਇਹਨੇ ਜਿੰਨਾ ਗੰਦ ਪਾਇਆ ਆਪਣੇ ਇਲਾਕੇ 'ਚ ਜਿੰਨੀਆਂ ਇਹ ਲੱਤਾਂ ਬਾਹਾਂ ਤੁੜਵਾ ਕੇ ਵਢਵਾ ਕੇ ਵੀ ਪੁਲਿਸ ਦੇ ਕੋਲ ਰਿਪੋਰਟ ਨਹੀਂ ਦਰਜ ਹੋ ਸਕਦੀ ਤੇ ਇਹ ਵਿਰੋਧੀਆਂ ਦਾ ਇਹ ਹਸ਼ਰ ਹੋ ਰਿਹਾ। ਤੇ ਇਹ ਇੱਕ ਦੀ ਗੱਲ ਨੀ, ਦੋ ਦੀ ਗੱਲ ਨੀ, ਇੱਥੇ ਤੇ ਪਾਣੀ ਵਿਗੜੀ ਪਈ ਆ। ਇੱਥੇ ਹਾਲਾਤ ਇਹ ਨੇ ਕਿ ਮੈਂ ਤੇ ਇੱਕ ਅਕਾਲ ਪੁਰਖ ਸੱਚੇ ਵਾਹਿਗੁਰੂ ਤੇ ਦੇਖਦਾ ਓਟ ਰੱਖੀ। ਕਦੀ ਗੁਰੂ ਨਾਨਕ ਸਾਹਿਬ ਨੇ ਇਹ ਆਪਣੇ ਭਰਾਵਾਂ ਨੂੰ ਸੰਬੋਧਨ ਕਰਕੇ ਨਾਂ ਮਾਰਿਆ ਸੀ ਕਿ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਅੱਜ ਧਰਮ ਖੰਭ ਲਾ ਕੇ ਉੱਡ ਗਿਆ। ਅੱਜ ਨਿਰੰਕਾਰੀ ਕੀ, ਰਾਧਾ ਸਵਾਮੀ ਕੀ, ਨੂਰ ਮਹਿਲੀਏ ਕੀ, ਰਾਮ ਰਹੀਮ ਕੀ, ਟਕਸਾਲੀ ਅਕਾਲੀ ਕੀ, ਇਹ ਸਭ ਇੱਕ ਵਰਨ ਹੋਏ ਪਏ ਨੇ। ਤੇ ਇਹ ਇੱਕ ਸਮਾਂ ਆ, ਜੇ ਗੁਰੂ ਨਾਨਕ ਸਾਹਿਬ ਦਾ ਸਮਾਂ ਉਹ ਸਮਾਂ ਜਦੋਂ ਨਾਰਾ ਮਾਰਿਆ ਉਹ ਨੀ ਰਿਹਾ ਤੇ ਇਹ ਵੀ ਨੀ ਰਹਿਣਾ। ਤੇ ਲੇਕਿਨ ਇਹ ਬੜੀ ਜਗਜਾਰ ਗੱਲ ਹੈ ਕਿ ਇਹ ਜਿੰਨੀ ਬਦਮਾਸ਼ੀ ਅੱਜ ਚੱਲ ਪਈ, ਜਿੰਨਾ ਅੱਜ ਇਹ ਗੁੰਡਾਗਰਦੀ ਚੱਲ ਪਈ, ਸਰਕਾਰ ਦੀ ਗੁੰਡਾਗਰਦੀ। ਤੁਸੀਂ ਸਾਰੇ ਭਰਾ ਇੱਥੋਂ ਦੇ ਰਹਿਣ ਵਾਲੇ ਹੋ, ਕੁਰਾਲੀ ਕੁਰਾਲੀ ਦੇ ਵਿੱਚ ਕੁਰਾਲੀ ਰੇਲਵੇ ਸਟੇਸ਼ਨ ਰੇਲਵੇ ਫਾਟਕ ਤੇ ਇੱਕ ਪੁਲ ਬਣਿਆ ਕਈ ਸਾਲ ਪਹਿਲਾਂ। ਉਹ ਪੁਲ ਦੀ ਜਾਣਕਾਰੀ ਵਕੀਲ ਨੇ ਜਿਹੜਾ ਇਨਫੋਰਮੇਸ਼ਨ ਐਕਟ ਦੇ ਅਧੀਨ ਪੈਸੇ ਜਮ੍ਹਾਂ ਕਰਾ ਕੇ ਸਰਕਾਰ ਕੋਲ, ਉਹਦੀ ਜਾਣਕਾਰੀ ਇਹ ਜੇ ਕਿ 18 ਕਰੋੜ ਦਾ ਉਹ ਬਣਿਆ ਜਦੋਂ ਪੁਲ ਬਣਿਆ ਜੀ, ਤੇ 400 ਕਰੋੜ ਉਹਦਾ ਅੱਜ ਤੱਕ ਇਹ ਇਕੱਠਾ ਕਰ ਚੁੱਕੇ ਆ ਸੜਕ ਤੋਂ 11 ਰੁਪਏ ਰੋਜ਼ ਦੇ, ਇੱਕ ਗੱਡੀ ਤੋਂ ਲੈ ਕੇ ਛੋਟੀ ਗੱਡੀ ਤੋਂ ਜੀ ਜੀ ਵੱਡੀ ਤੋਂ ਜ਼ਿਆਦਾ ਜੀ। ਤੋਂ ਉਹ 400 ਕਰੋੜ ਇਕੱਠਾ ਕਰਨ ਤੋਂ ਬਾਅਦ ਅੱਜ ਖਬਰ ਲੱਗੀ ਲੱਗ ਰਹੀ ਆ ਕਿ ਪੰਜਾਬ ਸਰਕਾਰ ਦੀ ਮਿਹਰਬਾਨੀ ਨਾਲ 1 ਸਾਲ ਉਹਨੂੰ ਪੈਸੇ ਇਕੱਠੇ ਕਰਨ ਲਈ ਹੋਰ ਮਿਲ ਗਿਆ ਜੀ। ਇਹ ਕੌਣ ਆ? ਇਹ ਸਿਟੀ ਦਾ ਮਾਲਕ ਜਿਹੜਾ ਅੱਜ ਕਬੱਡੀ ਲਈ ਪੈਸੇ ਦੇ ਰਿਹਾ, ਜਿਹੜਾ ਕਦੇ ਮੈਡੀਕਲ ਕਾਲਜ ਤੇ ਉਹ ਡੈਂਟਲ ਕਾਲਜ ਖੋਲ ਰਿਹਾ ਤੇ ਰਿਸ਼ਵਤ ਦੇ ਦੇ ਕੇ, ਤੇ ਜਿਹਤੇ ਕੇਸ ਬਣੇ ਹੋਏ ਨੇ CBI ਦੇ, ਜਿਹੜਾ ਇੱਕ ਪੂਰਾ ਸੈਕਟਰ ਜਿਹੜਾ ਉਹ ਕੱਟ ਕੇ ਵੇਚ ਰਿਹਾ ਮੋਹਾਲੀ ਦਾ, ਤੇ ਉਹਨੇ ਬਾਦਲ ਨੇ ਛੋੜ ਦਿੱਤੀ ਉਹ, ਕਿਉਂਕਿ ਉਹ ਤੋਂ ਹਰਾਮ ਖਾ ਰਹੇ ਨੇ ਜੀ। ਤੋਂ ਇੱਕ ਦਸੂਹਾ ਤੋਂ ਲੈ ਕੇ ਦਸੂਹਾ ਵੱਲੋਂ ਆਓ ਤੇ ਐਂਟਰ ਕਰੋ ਹੁਸ਼ਿਆਰਪੁਰ ਨੂੰ, ਟਾਂਡੇ ਵੱਲੋਂ ਆਓ ਹੁਸ਼ਿਆਰਪੁਰ ਨੂੰ ਐਂਟਰ ਕਰੋ, ਤੁਹਾਨੂੰ 50 ਰੁਪਏ ਦੇਣੇ ਪੈਂਦੇ 49 ਰੁਪਏ। ਫਿਰ ਹੁਸ਼ਿਆਰਪੁਰ ਪਾਰ ਕਰੋ, ਫਿਰ 49 ਰੁਪਏ ਦੇਣੇ ਪੈਂਦੇ। ਫਿਰ ਹੁਸ਼ਿਆਰਪੁਰ ਪਾਸ ਕਰਕੇ ਤੁਸੀਂ ਆਪਣਾ ਗੜ ਸ਼ੰਕਰ ਪਾਸ ਕਰੋ, ਫਿਰ 49 ਰੁਪਏ ਦੇਣੇ ਪੈਂਦੇ ਆ। ਫਿਰ ਬਾਜ਼ਾਰ ਆਓ, ਫਿਰ 33 ਰੁਪਏ ਦੇਣੇ ਪੈਂਦੇ ਆ। ਫਿਰ ਇੱਥੇ ਰੋਪੜ ਆ ਜਾਓ ਤੇ ਸੈਂਟਰ ਸਰਕਾਰ ਦਾ ਬੈਰੀਕੇਡ ਲੱਗਾ, ਉਹ ਟੋਲ ਟੈਕਸ ਲੱਗਾ, ਉੱਥੇ 33 ਰੁਪਏ ਦੇਣੇ ਪੈਂਦੇ। ਉਹਦੇ ਅੱਗੇ ਆ ਜਾਓ ਤੇ ਇੱਥੇ 11 ਰੁਪਏ ਇੱਥੇ ਦੇਣੇ ਪੈਂਦੇ, ਤੇ ਹੁਣ ਦਰਜਨਾ ਹੋਰ ਟੋਲ ਟੈਕਸ ਲੱਗ ਰਹੇ ਜੀ ਜੀ ਬਿਲਕੁਲ। ਉਹ ਜਿਹੜੀ ਸੁਣ ਪਈ ਹੈ ਪ੍ਰਾਪਰਟੀ, ਸਾਇਲੈਂਟ ਪ੍ਰਾਪਰਟੀ, ਉਹ ਤੇ ਟੈਕਸ ਲੱਗ ਰਹੇ ਨੇ। ਇਹ ਦਾਲ ਰੋਟੀ ਕੀ ਇਹਨੇ ਫ੍ਰੀ ਦਿੱਤੀ, ਬਿਜਲੀ ਕੀ ਫ੍ਰੀ ਦਿੱਤੀ, ਇਹਨੇ ਲੋਕਾਂ ਦਾ ਜਿਉਣਾ ਹਰਾਮ ਕਰਤਾ ਇਸ ਬੰਦੇ ਨੇ ਜੀ ਬਿਲਕੁਲ। ਇਹ ਕੀ ਸੇਵਾ ਕਰੂਗਾ? ਇਹ ਤੇ ਆਪਣੇ ਟੱਬਰ ਦੀ ਸੇਵਾ ਕਰਦਾ। ਇਹ ਭੁੱਲ ਚੁੱਕਾ ਕਿ ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਕਹਿ ਗਏ ਕਿ ਪਾਪਾ ਬਾਜੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ ਜੀ। ਇਹ ਦਿੱਲੀ ਦਾ ਤੁਸੀਂ ਹਸ਼ਰ ਦੇਖ ਲਿਆ, ਦਿੱਲੀ ਦੇ ਵਿੱਚ 2 ਭਰਾਵਾਂ ਦਾ ਜੀ ਜੀ ਬਿਲਕੁਲ, ਕੋਟੀ ਚੱਡਾ ਤੇ ਇਹ ਹਰਦੀਪ ਚੱਡਾ ਦਾ ਹਸ਼ਰ ਤੁਸੀਂ ਦੇਖ ਚੁੱਕੇ ਹੋ, ਜਿਹੜੇ ਅਰਬਾਂਪਤੀ ਬਣ ਗਏ ਸ਼ਰਾਬ ਵੇਚ ਕੇ, ਲੋਕਾਂ ਨੂੰ ਨਸ਼ਿਆਂ ਦੇ ਰਾਹ ਪਾ ਕੇ, ਜ਼ਿੰਦਗੀਆਂ ਖਰਾਬ ਕਰਕੇ ਜੀ। ਉਹ ਹੁਣ ਧਰਮਰਾਜ ਕੋਲ ਪੈਸੇ ਵੰਡਣਗੇ ਜਾ ਕੇ। ਕਦੀ ਪ੍ਰਮੋਦ ਮਹਾਜਨ ਤੇ ਉਹਦੇ ਭਰਾ ਦਾ ਹਸ਼ਰ ਦੇਖ ਲਿਆ, ਤੁਸੀਂ ਇਸ ਟੱਬਰ ਦਾ ਵੀ ਹਸ਼ਰ ਦੇਖੋਗੇ। ਮੈਂ ਮੇਰਾ ਤੇ ਯਕੀਨ ਆ ਕਿ ਗੁਰੂ ਨਾਲ, ਗੁਰੂ ਦੇ ਸਿਧਾਂਤ ਨਾਲ ਧਰੋਹ ਕਰਨ ਵਾਲਾ ਅਧੋ ਗਦੀ ਮੌਤ ਮਰਦਾ ਹਮੇਸ਼ਾ, ਉਹ ਕਦੀ ਇੱਜ਼ਤ ਦੀ ਮੌਤ ਨਹੀਂ ਮਰਦਾ ਜੀ। ਬਿਲਕੁਲ, ਜਿਹੜੀ ਆ ਤੁਸੀਂ ਗੱਲ ਕੀਤੀ ਵੀ ਬਿਲਕੁਲ ਇਹ ਰਾਜ ਨਹੀਂ ਸੇਵਾ, ਸਿਰਫ ਉਹਨਾਂ ਦੇ ਘਰ ਦੀ ਆਪਣੇ ਖਜ਼ਾਨਿਆਂ ਦੀ ਜਿਹੜੀ ਉਹ ਚੱਲ ਰਹੀ ਆ। ਤੇ ਆਪਾਂ ਹੁਣ ਅਗਲੇ ਜਿਹੜੇ ਆ ਜੀ ਸਵਾਲ ਵੱਲ ਚੱਲਦੇ ਆ, ਜਿਹੜੇ ਵਾਪਸ ਉਸ ਮੁੱਦੇ ਦੇ ਉੱਤੇ ਆਉਂਦੇ ਆ। ਇੱਕ ਮੇਰੀ ਹੋਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਨੰਨੀ ਸ਼ਾਹ ਦਾ ਪ੍ਰੋਜੈਕਟ ਲੈ ਕੇ ਆਈ ਨੂੰ, ਹਾਂਜੀ ਹਾਂਜੀ, ਜਿਹਨੇ ਗੁਰੂ ਘਰ ਦਾ ਖਾਧਾ ਤੇ ਗੁਣ ਗਾਏ ਆਪਣੇ ਪਰਿਵਾਰ ਦੇ, ਹਾਂਜੀ ਜੀ, ਗੁਰੂ ਘਰ ਦੇ ਪੈਸੇ ਜਿਹੜੀ ਸਰਕਾਰ ਪੌਦਾ ਦਿੰਦੀ ਆ, ਨਾਲ 4 ਰੁਪਏ ਲਾਉਣ ਲਈ, ਉਹਨੂੰ ਪਾਲਣ ਲਈ 8 ਰੁਪਏ ਦਿੰਦੀ ਆ, ਉਹ ਪੌਦਾ ਖਰੀਦਣ ਲਈ ਦਮਦਮਾ ਸਾਹਿਬ ਤੋਂ, ਦਮਦਮਾ ਸਾਹਿਬ ਦੇ ਖਜ਼ਾਨੇ ਚੋਂ 8-8 ਲੱਖ ਰੁਪਏ ਦੇ ਜਿਹੜੇ ਚੈੱਕ ਦਿੱਤੇ ਗਏ, ਜਿਹੜੇ ਪੌਦੇ ਖਰੀਦਣ ਲਈ ਪੇਮੈਂਟਾਂ ਹੋਈਆਂ, ਉਹ ਮੈਂ ਪ੍ਰੈਸ ਨੂੰ ਕਦੀ ਦਿੱਤੇ ਜੀ। ਉਹ ਫਿਰ ਉਹਨੂੰ ਉਹ ਗੁਰਦੁਆਰਿਆਂ ਦੇ ਵਿੱਚ ਪੌਦਾ ਪ੍ਰਸ਼ਾਦ ਕਹਿ ਕੇ ਵੰਡਣ ਵਾਲੀ, ਪ੍ਰਸ਼ਾਦ ਰੂੜੀ ਦਾ ਨਹੀਂ ਹੁੰਦਾ, ਪ੍ਰਸ਼ਾਦ ਅੰਮ੍ਰਿਤ ਦਾ ਹੁੰਦਾ, ਜਿਹੜਾ ਗੁਰੂ ਸਾਹਿਬ ਜੀ ਦੇ ਰਸਨਾ ਦੇ ਲਾਇਕ ਹੋਵੇ। ਇਹਨਾਂ ਨੂੰ ਇਹ ਵੀ ਨੀ ਸ਼ਰਮ ਵੀ ਨੀ ਆਉਂਦੀ ਵੀ ਅਸੀਂ ਇੱਕ ਨਾਂ ਰੱਖ ਰਹੇ ਹਾਂ ਜਦੋਂ ਚੀਜ਼ ਫ੍ਰੀ ਦਿੰਦੇ ਹਾਂ। ਗੁਰੂ ਘਰ ਦੀ ਗੋਲਕ ਤੇ ਹੀ ਗੁਰੂ ਘਰ ਦਾ ਦੇ ਲੁੱਟ ਕਰਨ ਵਾਲੇ ਜਿਹੜੇ ਉਹ ਆਪਣਾ ਪਰਿਵਾਰ ਪਾਲਦੇ ਪਏ ਨੇ। ਨੰਨੀ ਸ਼ਾਹ ਦਾ
ਨਾਰਾ ਮਾਰਨ ਵਾਲੀ ਅੱਜ ਨੰਨੀਆਂ ਛਾਵਾਂ ਲਈ ਹੌਕਾ ਭਰੂਗੀ। ਜੀ ਜੀ, ਅੱਜ ਨੰਨੀਆਂ ਛਾਵਾਂ ਨੂੰ ਧੱਕੇ ਨਾਲੇ ਗੁੰਡੇ ਲੁੱਟ ਕੇ ਲਿਜਾ ਰਹੇ ਨੇ, ਉਹਨਾਂ ਦੀ ਇੱਜ਼ਤ ਤੇ ਆਬਰੂ ਲੁੱਟਦੇ ਨੇ, ਉਹਦੇ ਪਿਓ ਦਾ, ਉਹਦੀ ਮਾਂ ਦੀਆਂ ਲੱਤਾਂ ਤੋੜਦੇ, ਉਹਦੇ ਪਿਓ ਦਾ ਕਤਲ ਕਰਕੇ ਉਹਨੂੰ ਧੱਕੇ ਨਾਲ ਲਿਜਾਉਣਾ ਚਾਹੁੰਦੇ ਨੇ। ਇਹ ਨੰਨੀ ਸ਼ਾਹ ਦਾ ਹੋਕਾ ਭਰਨ ਵਾਲੀ ਉਹਨਾਂ ਦਾ ਤਰਸ ਕਰੂਗੀ, ਉਹਨਾਂ ਤੇ ਕਿਤੇ ਦਰਦ ਲਿਆ ਉਹ ਵੰਡਾਊਗੀ ਉਹਦੇ ਨਾਲ। ਬਿਲਕੁਲ, ਜੇ ਉਹਨਾਂ ਨੂੰ ਪੁੱਛਾਂਗੇ ਤੇ ਉਹਨਾਂ ਕਹਿਣਾ ਮੈਨੂੰ ਪਤਾ ਨਹੀਂ ਆ। ਸੋ ਇਹ ਜਿਹੜਾ ਜੀ ਇਹਨਾਂ ਦਾ ਪੱਕਾ, ਇਹਨਾਂ ਦਾ ਅਫੀਸ਼ੀਅਲ ਬਿਆਨ ਹੁੰਦਾ ਆ ਹਰ ਵਾਰੀ ਇਹੀ ਚੀਜ਼। ਇਹ ਸਿਰਫ ਨਾ ਜੀ 84 ਦੇ ਖੱਪਣ ਉਦੋਂ ਵੇਚਦੇ ਨੇ ਜਿਹੜੇ ਸਿੱਖ ਸ਼ਹੀਦ ਹੋਏ, ਜਿਹੜੇ ਸਿੱਖ ਮਾਰੇ ਗਏ, ਲੁੱਟੇ ਗਏ, ਬੇਪਤ ਹੋਈਆਂ ਸਾਡੀਆਂ ਬੀਬੀਆਂ, ਉਹਨਾਂ ਦੇ ਖੱਪਣ ਉਦੋਂ ਵੇਚਦੇ ਨੇ ਮੰਡੀ ਚ ਜਦੋਂ ਇਲੈਕਸ਼ਨ ਦੀ ਮੰਡੀ ਲੱਗਦੀ, ਜਦੋਂ ਵੋਟ ਲੈਣੇ ਹੁੰਦੇ। ਜੀ ਜੀ, ਉਦੋਂ ਕਮੇਟੀ ਦੇ ਪੈਸੇ ਤੇ ਉਹਨਾਂ ਦੀਆਂ ਤਸਵੀਰਾਂ ਬਣਾ ਕੇ, ਸਿੱਖਾਂ ਦੇ ਗਲਾਂ ਚ ਟਾਇਰ ਪਾ ਕੇ ਸਾੜਦਿਆਂ ਦੀਆਂ ਫੋਟੋਆਂ ਬਣਾ ਕੇ ਕਾਂਗਰਸ ਦੇ ਵਿਰੁੱਧ ਭੜਕਾ ਕੇ ਤੇ ਸਾਡਾ ਮੁੱਲ ਵੱਟਦੇ ਨੇ। ਇਹ ਬੀਬੀ ਨੂੰ ਉਦੋਂ ਯਾਦ ਆਉਂਦੀ ਹੈ 84, ਉਦੋਂ ਧੀਆਂ ਭੈਣਾਂ ਯਾਦ ਆਉਂਦੀਆਂ ਜਦੋਂ ਸਾਡਾ। ਅੱਜ ਤੁਸੀਂ ਦੇਖੋ ਆਹ ਨਵੰਬਰ ਦਾ ਮਹੀਨਾ ਅਸੀਂ ਕਿਵੇਂ ਭੁੱਲ ਸਕਦੇ ਹਾਂ। ਪਹਿਲੀਆਂ ਤਰੀਕਾਂ, ਪਹਿਲੀ ਤੋਂ ਲੈ ਕੇ 4 ਤਰੀਕ ਤੱਕ ਜੋ ਸਿੱਖਾਂ ਦਾ ਕਤਲੇਆਮ ਹੋਇਆ, ਇਹ ਸਰਦਾਰ ਨੂੰ ਇੰਨੀ ਸ਼ਰਮ ਨਹੀਂ ਆਈ ਕਿ ਜੇ ਕਬੱਡੀ ਦੇ ਜਦੋਂ ਮੈਚ ਕਰਾਉਂਦਾ ਤੇ ਕੁੜੀਆਂ ਨੂੰ ਲੰਗੀਆਂ ਨੂੰ ਨਚਾਉਂਦਾ ਨਚਾਉਂਦਾ ਜੀ। ਕਬੱਡੀ ਦੇ ਮੈਚ ਸ਼ੁਰੂ ਕਰਨਾ, ਗੱਲ ਕਰਨੀ ਜਵਾਨੀ ਦੀ, ਗੱਲ ਕਰਨੀ ਦੀ, ਦਸਮ ਪਾਤਸ਼ਾਹ ਨੇ ਸੂਰਬੀਰ ਲਈ ਇੱਕ ਸੂਹਾ ਵੇਸ ਇੰਨਾ ਨਿੰਦਤ ਜਾਣਿਆ ਕਿ ਕਹਿਣ ਦੀ ਹੱਦ ਨਹੀਂ। ਪਰ ਇਹ ਉਹ ਕੁੜੀਆਂ ਨੂੰ ਨੰਗਾ ਕਰ ਕਰਕੇ ਨਚਾ ਕੇ ਤੇ ਆਪਣਾ ਪਤਾ ਨਹੀਂ ਇਹ ਕੀ ਪਬਲਿਸਿਟੀ ਲੈਣਾ ਚਾਹੁੰਦੇ ਪਿਓ ਪੁੱਤਰ। ਜੀ ਜੀ ਜੀ, ਬਿਲਕੁਲ, ਕਿਉਂਕਿ ਇਹ ਕਰਵਾਰੇ ਜਿੱਦਾਂ ਕਬੱਡੀ ਇਹਨਾਂ ਨੇ ਸ਼ੁਰੂ ਕੀਤੀ ਹੋਈ, ਕਦੀ ਇਹਨਾਂ ਨੇ ਹੋਰ ਕਦੇ ਕਬੱਡੀ ਦਾ ਨਾਂ ਕਿਸੇ ਨੇ। ਜੀ, ਲੰਗਰ ਦੀ ਗੱਲ ਇਉਂ ਕਰਦੇ ਜੇ ਬੀਬੀ ਸੁਰਿੰਦਰ ਕੌਰ ਨੇ ਲੰਗਰ ਸ਼ੁਰੂ ਕੀਤਾ ਹੋਵੇ, ਜਿਹੜਾ ਕਰਕੇ ਸਾਡੇ ਗ੍ਰੰਥੀਆਂ ਦਾ ਜਦੋਂ ਮਾਤਾ ਖੀਵੀ ਦਾ ਖਿਤਾਬ ਦਿੰਦੇ ਨੇ ਸੁਰਿੰਦਰ ਕੌਰ ਨੂੰ, ਉਦੋਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਤੇ ਜਦੋਂ ਮਾਤਾ ਕੌਲਾਂ ਕੋ ਕਹਿ ਦੇ ਮਾਤਾ ਬੀਬੀ ਕੌਲਾਂ ਨੂੰ, ਤੇ ਉਦੋਂ ਇਹ ਉਹਨੂੰ ਤਨਖਾਹ ਲਾਉਣ ਲਈ ਅਕਾਲ ਤਖ਼ਤ ਤੇ ਬੁਲਾ ਲੈਂਦੇ ਬੁਲਾ ਲੈਂਦੇ ਆ। ਜੀ ਜੀ ਜੀ, ਬਿਲਕੁਲ, ਬੁਰਾ ਹਾਲ ਹੈ ਜੀ। ਤੇ ਜਥੇਦਾਰ ਜੀ, ਆਪਾਂ ਆਪਣੇ ਜਿਹੜੇ ਅਗਲੇ ਸਵਾਲ ਵੱਲ ਵੱਧਦੇ ਹਾਂ ਵੀ ਜਿਹੜਾ ਸੁਮੇਦ ਸੈਣੀ ਜਿੰਨੇ ਲੱਖਾਂ ਹੀ ਜਿਹੜੇ ਆ ਜੀ ਹਜ਼ਾਰਾਂ ਹੀ ਮੁੰਡਿਆਂ ਨੂੰ ਜਿਹੜਾ ਜੀ ਉਦੋਂ ਉਸ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸ਼ਹੀਦ ਕੀਤਾ, ਅੱਜ ਉਹ ਆ ਕੇ ਕਿਹੜੇ ਮੂੰਹ ਦੇ ਨਾਲ ਉਹ ਉੱਥੇ ਆ ਕੇ ਹਮਦਰਦੀ ਜਤਾ ਰਿਹਾ ਆ, ਜਿਹਨੂੰ ਪਹਿਲਾਂ ਤਾਂ ਆਉਂਦਿਆਂ ਸਭ ਤੋਂ ਵੱਡਾ ਜਿਹੜਾ ਤੋਹਫ਼ਾ ਸਿੱਖ ਕੌਮ ਨੂੰ ਮਿਲਿਆ ਸੀ ਜਦੋਂ ਬਾਦਲ ਸਰਕਾਰ ਇਸ ਵਾਰ ਦੁਬਾਰਾ ਆਈ ਸੀ, ਉਹਨੂੰ ਜਿਹੜਾ ਜੀ ਹੈੱਡ ਥੋਪਿਆ ਗਿਆ ਸੀ ਪੁਲਿਸ ਦਾ। ਸੋ ਉੱਥੇ ਆ ਰਿਹਾ ਆ ਅਤੇ ਬਾਅਦ ਦੇ ਵਿੱਚ ਮੰਨ ਲਓ ਹੁਣ ਉੱਥੇ ਰਾਣੇ ਨੂੰ ਉਹਨਾਂ ਨੇ ਫੜ ਵੀ ਲਿਆ ਆ ਅਤੇ ਬਿਕਰਮਜੀਤ ਸਿੰਘ ਮਜੀਠੀਆ ਉਹ ਵੀ ਉਹਨਾਂ ਦੇ ਘਰ ਜਾ ਕੇ ਉੱਥੇ ਮਿਲੇ ਆ, ਅਤੇ ਤੁਹਾਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਉਹ ਅੰਦਰ ਵੀ ਰਹਿੰਦਾ ਤਾਂ ਉਹਨਾਂ ਨੂੰ ਵੀ ਉਹੀ VIP ਟ੍ਰੀਟਮੈਂਟ ਮਿਲੂਗੀ ਜਿਹੜੀ ਬੀਬੀ ਜਗੀਰ ਕੌਰ ਨੂੰ ਮਿਲੀ? ਮਗਰਮੱਛ ਦੇ ਹੰਝੂ ਨੇ ਜੀ, ਮਗਰਮੱਛ ਦੇ ਹੰਝੂ ਨੇ, ਅਤੇ ਸੁਮੇਧ ਸੈਣੀ ਦੀ ਡਿਊਟੀ ਆ ਉਹ ਸੁਖਬੀਰ ਬਾਦਲ ਦਾ ਹੁਕਮ ਮੰਨ ਕੇ ਅਤੇ ਜਿੱਥੇ ਉਹ ਭੇਜਦਾ ਜਾਵੇ ਜੀ। ਇਹ ਸੁਮੇਧ ਸੈਣੀ ਉਹੀ ਆ ਜਿਸਨੇ, ਜਿਹਦਾ ਨਾਂ ਤੁਸੀਂ ਨੌਜਵਾਨਾਂ ਦੀਆਂ ਲਾਸ਼ਾਂ ਗਣਵਾ ਸਕਦੇ ਹੋ ਜਾਂ ਕਤਲ ਨਾ ਲਾ ਸਕਦੇ ਹੋ, ਪਰ ਇਹਨੂੰ ਇਸ ਕਰਕੇ ਨਹੀਂ ਸੇਵਾ ਦਿੱਤੀ ਕਿ ਇਹ ਬਹੁਤ ਸਿਆਣਾ ਆ। ਇਹਨੂੰ ਸੁਖਬੀਰ ਬਾਦਲ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਇਸ ਕਰਕੇ DGP ਬਣਾਇਆ ਕਿਉਂਕਿ ਉਹਨਾਂ ਦੇ ਉੱਤੇ ਜਿਹੜਾ ਕਰਪਸ਼ਨ ਦਾ ਕੇਸ ਸੀਗਾ, ਉਹ ਕੇਸ ਕਰਨ ਵਾਲਾ ਇਹਦਾ ਨਿੱਜੀ ਬੰਦਾ ਸੀ ਸੁਰਿੰਦਰ ਸਿੰਘ ਵਿਰਕ ਜੀ, ਤੋ ਸੁਰਿੰਦਰਪਾਲ ਸਿੰਘ ਉਸ ਇਨਵੈਸਟੀਗੇਸ਼ਨ ਅਫਸਰ ਨੂੰ ਖਰੀਦਣ ਵਾਲਾ ਇਹ ਸੁਮੇਧ ਸੈਣੀ ਸੀ, ਉਹਨੂੰ ਖਰੀਦ ਕੇ ਮੁਕਰਾਉਣ ਵਾਲਾ, ਅਦਾਲਤ ਦੇ ਵਿੱਚ ਮੁਕਰਾਉਣ ਵਾਲਾ, ਤੇ ਉਹਨੂੰ ਰਿਟਾਇਰ ਹੋਏ ਨੂੰ 2 ਦਫਾ ਇਹ ਸਰਕਾਰ ਦੇ ਵਿੱਚ 3-3 ਸਾਲ ਲਈ ਨੌਕਰੀ ਦਵਾਉਣ ਵਾਲਾ ਇਹ ਸੁਮੇਧ ਸੈਣੀ ਸੀ ਜਿਹਨੇ ਇਸ ਪਰਿਵਾਰ ਨੂੰ ਕਰਪਸ਼ਨ ਦੇ ਸਕੰਜੇ ਚੋਂ ਕੱਢ ਕੇ ਤੇ ਸੁਰਖਰੂ ਕੀਤਾ। ਉਸ ਕਰਕੇ ਇਹਨੂੰ DGP ਦਾ ਬਿਲਕੁਲ ਲਾਈਨ ਤੇ ਲਾ ਕੇ, ਪਾਸੇ ਲਾ ਕੇ 4 ਸੀਨੀਅਰ ਅਫਸਰਾਂ ਨੂੰ ਇਹਨੂੰ DGP ਬਣਾਇਆ। ਤੋ ਅੱਜ ਵੀ ਜਿਹੜਾ ਇਹ ਮਗਰਮੱਛ ਦੇ ਅੰਸੂ ਨੇ, ਜਿਹੜੇ ਪੁਲਿਸ ਦਾ ਇੱਕ ਕਰਮਚਾਰੀ ਸਬ ਇੰਸਪੈਕਟਰ ਮਾਰਿਆ ਗਿਆ ਤੇ ਮਾਰਿਆ ਅਕਾਲੀ ਲੀਡਰ ਨੇ, ਤੋ ਅਕਾਲੀ ਲੀਡਰ ਦੀ ਵੀ ਰੱਖਣੀ ਆ। ਉਹ ਜਿਸ ਤਰ੍ਹਾਂ ਉਹ ਡਰਾਮੇਬਾਜ਼ੀ ਹੋ ਰਹੀ ਆ ਸਾਨੂੰ ਸਾਰਾ ਪਤਾ ਆ, ਇਹ ਦੁਨੀਆਂ ਨੂੰ ਪਤਾ ਆ, ਪਰ ਅਸੀਂ ਉਸ ਬੱਚੀ ਨੂੰ ਉਹਦਾ ਬਾਪ ਕਿੱਥੋਂ ਦੇ ਦਿਆਂਗੇ ਜਿਹੜੀ ਆਪਣੀ ਹਿਫਾਜ਼ਤ ਲਈ ਆਪਣੇ ਬਾਪ ਨੂੰ। ਮੈਂ ਸਮਝਦਾ ਅੱਜ ਇਸ ਬੱਚੀ ਦੀ ਦਾਸਤਾਂ ਸੁਣ ਕੇ ਕੋਈ ਕੱਲ ਨੂੰ ਕੋਈ ਵੀ ਬੱਚੀ ਆਪਣੇ ਪਿਤਾ ਨੂੰ ਦੱਸ ਦੂਗੀ ਮੈਨੂੰ ਇਹ ਗੁੰਡਾ ਛੇੜਦਾ, ਜੀ ਜੀ ਜੀ, ਉਹ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਉਹ ਤੋਂ ਬੇਪਤ ਹੋਊਗੀ ਬਾਰ ਬਾਰ। ਜੀ ਜੀ, ਇਹ ਮੈਸੇਜ ਚਲੇ ਗਿਆ ਅੱਜ ਕਿ ਇਹ ਪਿਤਾ ਨੂੰ, ਕੋਈ ਵੀ ਬੱਚੀ ਪਿਤਾ ਦੀ ਜਾਨ ਨਾ ਗਵਾਏ, ਕੋਈ ਬੱਚੀ ਆਪਣੇ ਭਰਾ ਦੀ ਜਾਨ ਨਾ ਗਵਾਏ, ਆਪਣੇ ਘਰ ਨਾ ਦੱਸੇ, ਬਲਕਿ ਇਹਨਾਂ ਦੀ ਬੁਰਸ਼ਾ ਕਰਦੀ, ਇਹਨਾਂ ਦੀ ਦਰਿੰਦਗੀ ਜਿਹੜੀ ਆਪਣੇ ਸਰੀਰ ਤੇ ਸਹਿਲਵੇ। ਜੀ ਜੀ, ਤੇ ਬਿਲਕੁਲ, ਤੇ ਇਸ ਦੇ ਵਿੱਚ ਨਾਲ ਇਹ ਵੀ ਜਿਹੜਾ ਦੇਖਣ ਦੇ ਵਿੱਚ ਆਉਂਦਾ ਵੀ ਇਹ ਪੁਲਿਸ ਮੁਲਾਜ਼ਮਾਂ ਨੂੰ ਵੀ ਇੱਕ ਇਹਦੇ ਤੋਂ ਇੱਕ ਜਿਹੜਾ ਕਹਿ ਲਓ ਵੀ ਸਿੱਖਣ ਦੀ ਲੋੜ ਆ ਵੀ ਜੇ ਅੱਜ
ਤੁਸੀਂ ਹਰ ਇੱਕ ਗੱਲ ਦੇ ਉੱਤੇ ਚੁੱਪ ਰਹਿੰਦੇ ਹੋ, ਜੇ ਇਹ ਕਿਤੇ ਆਪ ਚੁੱਪ ਰਿਹਾ ਆ ਤਾਂ ਉਹ ਆਪ ਅੱਗੇ ਨਹੀਂ ਆ ਰਿਹਾ, ਅਤੇ ਉਹਨਾਂ ਨੂੰ ਚਾਹੀਦਾ ਆ ਆਪ ਅੱਗੇ ਹੋ ਕੇ ਆਉਣ। ਜੇ ਕਿਤੇ ਇੱਦਾਂ ਦੀ ਤੁਸੀਂ ਗੱਲ ਸੁਣਦੇ ਹੋ ਤਾਂ ਉਹਨਾਂ ਦੇ ਨਾਲ ਨਿਆਂ ਕਰੋ, ਜੇ ਤੁਹਾਡੇ ਨਾਲ ਨਿਆਂ ਨਹੀਂ ਹੁੰਦਾ ਤਾਂ ਆਮ ਆਦਮੀ ਨਾਲ ਤਾਂ ਉੱਥੇ ਕੀ ਹੋਣਾ। ਦੇਖੋ ਜੀ, ਪੁਲਿਸ ਅਫਸਰ ਨੇ ਤਾਂ ਆਪਣੀ ਪੇਟੀ ਬਚਾਉਣੀ ਆ ਅਤੇ ਆਪਣੀ ਨੌਕਰੀ ਬਚਾਉਣੀ ਆ ਅਤੇ ਆਪਣਾ ਅਹੁਦਾ ਵੱਡੇ ਤੋਂ ਵੱਡਾ ਜੇ ਕਿਤਨਾ ਹਾਸਲ ਹੁੰਦਾ ਉਹ ਦੇਖਣਾ, ਉਹ ਇਹ ਨਹੀਂ ਦੇਖਦਾ ਕਿ ਕੌਣ ਮਰਿਆ ਜੀ। ਇਹ ਪਿਛਲਾ ਇਤਿਹਾਸ ਗਵਾਹ, ਇਹ ਪੇਟੀ ਭਰਾ ਮਰਿਆ ਤੇ ਲੋਕਾਂ ਨੇ ਪੱਥਰ ਮਾਰ ਮਾਰ ਕੇ ਇਹਨੂੰ ਇਹਨੂੰ ਭਜਾਇਆ ਉੱਥੋਂ। ਦੂਸਰੀ ਵਾਰੀ ਜਦੋਂ ਉਹ ਆਇਆ ਤੇ 25 ਮਿੰਟ ਤੱਕ ਲਾਗੇ ਥਾਣੇ ਚੋਂ ਪੁਲਿਸ ਅਫਸਰ ਨਹੀਂ ਆਇਆ ਜੀ। ਦੂਸਰੇ ਜ਼ਿਲ੍ਹੇ ਦਾ DSP ਆ ਗਿਆ ਲੇਕਿਨ ਇਹ ਨਹੀਂ ਆਇਆ ਜੀ। ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਸਮਝਾ ਪਾਓਗੇ? ਤੇ ਪਰਮਾਤਮਾ ਸਾਡੇ ਤੇ ਕਿਰਪਾ ਕਰੇ, ਕੋਈ ਚੰਗੀ ਟੀਮ ਜਿਹੜੀ ਆ ਉਹ ਬਣੇ, ਅਕਾਲੀ ਦਲ ਜਿਹੜਾ ਆਪਣੀ ਹੋਂਦ ਵਿੱਚ ਅਸਲੀ ਹੋਂਦ ਵਿੱਚ ਆਵੇ। ਤੇ ਇਹ ਮੈਂ ਸਮਝਦਾ ਕਿ ਹੁਣ ਅਕਾਲੀ ਦਲ ਕਦੋਂ ਹੋਣ ਚਾਹੂਗਾ ਜਦੋਂ 85-85 ਸੀਟਾਂ ਦਿੱਤੀਆਂ ਸਿਰਫ ਇਸ ਕਰਕੇ ਸਿੱਖਾਂ ਨੇ ਕਿ ਇਹ ਸਾਡੀ ਅਕਾਲੀ ਪਾਰਟੀ ਹੈ ਤੇ ਕਾਂਗਰਸ ਨੇ ਸਾਡਾ ਅਕਾਲ ਤਖ਼ਤ ਢਾਹ ਦਿੱਤਾ ਤੇ ਨੌਜਵਾਨਾਂ ਨੂੰ ਮਾਰਿਆ ਉਸ ਗੁੱਸੇ ਵਿੱਚੋਂ। ਪਰ ਉਹ ਅੱਜ ਗੁੱਸਾ ਦੇਖੋ ਕਿੱਥੇ ਚਲੇ ਗਿਆ, 85-45 ਸੀਟਾਂ ਤੇ ਅਕਾਲੀ ਦਲ ਆ ਗਿਆ। ਪਰ ਇਸ ਪਿਓ ਦੇ ਪੁੱਤਰ ਨੇ ਸਿੱਖਾਂ ਦੀ ਹੋਂਦ ਨੂੰ ਖੂਹ ਚ ਪਾ ਕੇ ਤੇ RSS ਦੀ ਸਪੋਰਟ ਲੈ ਕੇ ਆਪਣਾ ਰਾਜ ਚਲਾ ਲਿਆ, ਪਰ ਇਹ ਨਹੀਂ ਦੇਖਿਆ ਕਿ ਸਾਡਾ ਸਿਧਾਂਤ ਦਾ ਕੀ ਬਣੂਗਾ, ਸਾਡੀਆਂ ਪਰੰਪਰਾਵਾਂ ਦਾ ਕੀ ਬਣੂਗਾ। ਇੱਕ ਅਕਾਲ ਤਖ਼ਤ ਨੂੰ ਆਪਣੇ ਕਬਜ਼ੇ ਚ ਕਰਨ ਲਈ ਗ੍ਰੰਥੀ ਖਰੀਦ ਲੈ ਉੱਥੋਂ, ਜਿਹੜਾ ਰੰਗਜੇਬ ਦੀ ਤਰ੍ਹਾਂ, ਰੰਗਜੇਬ ਦੇ ਕਾਜ਼ੀਆਂ ਦੀ ਤਰ੍ਹਾਂ ਜਿਹੜਾ ਮਰਜ਼ੀ ਫਰਮਾਨ ਜਾਰੀ ਕਰਵਾ ਲਓ ਉਹਨਾਂ ਤੋਂ। ਉਹਨਾਂ ਨੂੰ ਅਕਾਲ ਤਖ਼ਤ ਦੀ ਢਹਿੰਦੀ ਕਲਾ ਜਾਂ ਚੜ੍ਹਦੀ ਕਲਾ ਦਾ ਕੋਈ ਸਰੋਕਾਰ ਨਹੀਂ। ਉਹਨਾਂ ਨੇ ਅਕਾਲ ਤਖ਼ਤ ਦੇ ਸਾਹਮਣੇ ਬਾਬਾ ਬੁੱਢਾ ਜੀ ਦੀ ਸਥਾਪਿਤ ਕੀਤੀ ਪਦਵੀ ਗੁਰੂ ਅਰਜਨ ਦੇਵ ਜੀ ਵੱਲੋਂ, ਉਹਨੂੰ ਕਲੰਕਿਤ ਕਰ ਦਿੱਤਾ। ਅੱਜ ਬੇਪਤੀ ਹੋ ਰਹੀ ਉਸ ਪਦਵੀ ਦੀ, ਪਰ ਇਹ ਗ੍ਰੰਥੀਆਂ ਨੂੰ ਸ਼ਰਮ ਨਹੀਂ ਆ ਰਹੀ ਜਿਹੜੇ ਇਹ ਰੋਟੀਆਂ ਕਾਰਨ ਪੂਰੇ ਤਾਲ ਰੋਟੀਆਂ ਖਾਣ ਲਈ ਤੇ ਆਪਣੇ ਢਿੱਡ ਅੰਨਪੂਰਨਾ ਲਈ, ਇਹ ਆਪਣਾ ਸਵਾਰਥ ਲਈ ਇਹ ਤਾਲ ਪੂਰਦੇ ਪਏ ਨੇ, ਪ੍ਰਕਾਸ਼ ਸਿੰਘ ਬਾਦਲ ਦੀ ਆਵਾਜ਼ ਦੇ ਨਾਲ ਹਾਜ਼ਰ ਹੁੰਦੇ ਪਏ ਨੇ ਜੀ। ਜੀ ਜੀ ਬਿਲਕੁਲ, ਅਤੇ ਜਿਹੜਾ ਗੱਲ ਕਰ ਰਹੇ ਹਾਂ ਤੁਸੀਂ ਜਥੇਦਾਰਾਂ ਦੀ, ਤਾਂ ਇਹ ਉਹੀ ਜਥੇਦਾਰ ਜਿਨ੍ਹਾਂ ਨੇ ਜਿਹੜਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਦਿੱਤਾ ਆ, ਉਹੀ ਜਿਹੜੇ ਆ ਜੀ ਅਕਾਲੀ ਲੀਡਰ ਉਸ ਕਬੱਡੀ ਮੈਚਾਂ ਦੇ ਵਿੱਚ ਪਹੁੰਚੇ ਆ ਜਿੱਥੇ ਜਿਹੜੇ ਜੀ ਨੰਗਾ ਨਾਚ ਜਿੱਦਾਂ ਹੋਇਆ ਆ ਅਤੇ ਉੱਥੇ ਇਹ ਸਾਰਾ ਕੁਛ ਹੋ ਰਿਹਾ ਆ। ਅਤੇ ਨਾਲ ਦੇ ਨਾਲ ਜਿਹੜੀਆਂ ਨੰਨੀ ਛਾਂ, ਜਿਹੜਾ ਕਿ ਮੇਰੇ ਹਿਸਾਬ ਦੇ ਨਾਲ ਇੱਕ ਸ਼ਰੇਆਮ ਜਿੱਦਾਂ ਕਹਿ ਲਓ ਜੀ ਫਰੋਡ ਜਿਹੜਾ ਚੱਲ ਰਿਹਾ ਆ, ਉੱਥੇ ਰੋਜ਼ ਕਿਸੇ ਦੇ ਉੱਥੇ ਕਿਸੇ ਧੀ ਧਿਆਣੀ ਦੇ ਕਿਸੇ ਦੇ ਚਪੇੜ ਮਾਰਦੇ, ਕਿਤੇ ਖੁਸ਼ ਹੁੰਦਾ ਆ, ਉਦੋਂ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਮੂੰਹ ਨੂੰ, ਉਹਨਾਂ ਨੂੰ ਸ਼ਾਇਦ ਜਿੰਦਰਾ ਲੱਗ ਜਾਂਦਾ, ਉਦੋਂ ਕੁਛ ਨਹੀਂ ਉਹ ਬੋਲਦੇ, ਉਦੋਂ ਇਹਨਾਂ ਨੂੰ ਕੁਛ ਨਹੀਂ ਹੁੰਦਾ। ਅਤੇ ਜਿਹੜਾ ਇਹ ਕੀ ਮਤਲਬ ਜਿਹੜਾ ਸੰਤ ਸਮਾਜ ਆ ਜਿਹਦਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹਨਾਂ ਦਾ ਵੀ ਅਜੇ ਤੱਕ ਕਿਸੇ ਦੇ ਮੂੰਹ ਦੇ ਵਿੱਚ ਕੋਈ ਅਜੇ ਕੋਈ? ਮੈਂ ਤੁਹਾਨੂੰ ਪਹਿਲਾਂ ਗੱਲ ਕਰ ਚੁੱਕਾ ਜੀ, ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਜੀ। ਇਹ ਜਿਹੜਾ ਸੰਤ ਸਮਾਜ ਆ ਇਹਨਾਂ ਦਾ ਧਰਮ ਹੁਣ ਬਾਦਲ ਧਰਮ ਬਣ ਗਿਆ, ਗੁਰੂ ਨਾਨਕ ਦਾ ਧਰਮ ਨਹੀਂ ਰਿਹਾ ਜੀ। ਇਹ ਇਹਨਾਂ ਦਾ ਧਰਮ ਉਹੀ ਆ ਜਿਹੜਾ ਰਾਮ ਰਹੀਮ ਦਾ ਧਰਮ ਆ, ਜਿਹੜਾ ਰਾਧਾ ਸਵਾਮੀਆਂ ਦਾ ਧਰਮ ਆ, ਜਿਹੜਾ ਨੂਰ ਮਹਿਲੀਏ ਦਾ ਧਰਮ ਆ, ਜਿਹੜਾ ਅਕਾਲੀਆਂ ਦਾ ਧਰਮ ਬਣ ਗਿਆ ਜੀ। ਇਹ ਜਿਹੜੇ ਬਾਦਲ ਦੇ ਪੈਰੀ ਹੱਥ ਲਾਉਣ ਵਾਲੇ ਇਹ ਭੁੱਲ ਗਏ ਕਿ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਨੂੰ ਅੱਜ ਲੋਕੀ ਯਾਦ ਕਿਉਂ ਕਰਦੇ ਆ। ਇਹ ਭੁੱਲ ਗਏ ਬਾਬਾ ਈਸ਼ਰ ਸਿੰਘ ਰਾੜੇ ਵਾਲੇ, ਬਾਬਾ ਆਨੰਦ ਸਿੰਘ ਵਰਗੇ, ਬਾਬਾ ਆਤਰ ਸਿੰਘ ਵਰਗਿਆਂ ਸੰਤਾਂ ਨੂੰ ਕਿਉਂ ਸਿੱਖ ਯਾਦ ਕਰਦੇ ਆ, ਕਿਉਂ ਉਹਨਾਂ ਦੀ ਪੂਜਾ ਕਰਦੇ ਆ, ਬਲਕਿ ਇਹ ਉਹਨਾਂ ਦੀਆਂ ਦੁਕਾਨਾਂ ਤੇ ਬੈਠੇ ਆਪਣੀਆਂ ਰੋਟੀਆਂ ਸੇਕਦੇ ਪਏ ਨੇ। ਤੇ ਇਹਨਾਂ ਨੇ ਇਹ ਸਭ ਤੋਂ ਵੱਡੇ ਦੋਸ਼ੀ ਇਹ ਨੇ ਜਿਹਨਾਂ ਨੇ ਧਰਮ ਦੀ ਗੱਲ ਕਰਨੀ ਸੀ, ਸਿਧਾਂਤ ਦੀ ਗੱਲ ਕਰਨੀ ਸੀ, ਉਹ ਬਲਕਿ ਉਹ ਦੁਸ਼ਮਣ ਦੇ ਨਾਲ ਹੋ ਕੇ ਖੜ ਗਏ ਜੀ। ਤੋ ਇਹਨਾਂ ਦੀ ਵਜ੍ਹਾ ਨਾਲ ਅਸੀਂ ਅੱਜ ਇਹਨੇ ਬੇਬਸ ਹੋਏ ਪਏ ਹਾਂ, ਇਹਨੇ ਪੰਜਾਬ ਦੇ ਵਿੱਚ ਇਹਨੇ ਵਿਚਾਰਗੀ ਵਾਲਾ ਜੀਵਨ ਬਤੀਤ ਕਰਦੇ ਪਏ। ਉਹ ਇਹ ਵਜ੍ਹਾ ਹੀ ਇਹਨਾਂ ਦੀ ਹੈ ਕਿ ਸੰਤ ਨਹੀਂ ਗੀ, ਇਹ ਸ਼ੈਤਾਨ ਨੇ, ਤੇ ਇਹ ਆਪਣੇ ਸਵਾਰਥ ਲਈ ਬਾਬਾ ਬੇਦੀ ਨੂੰ ਛੱਡ ਗਏ। ਬਾਬਾ ਬੇਦੀ ਜੀ ਨੇ ਅੱਜ ਤੱਕ ਬਾਦਲ ਨੂੰ ਮੂੰਹ ਨਹੀਂ ਲਾਇਆ ਜੀ, ਤੇ ਇਹ ਸੰਤ ਸਮਾਜ ਜਿਹਨਾਂ ਬਾਬਾ ਬੇਦੀ ਜੀ ਦੇ ਅਗਵਾਈ ਚ ਚੱਲਣ ਵਾਲਾ, ਉਹਨਾਂ ਨੇ ਆਪਣਾ ਅਹੁਦਾ ਕੀਤਾ ਗਿਆ, ਉਹ ਇਹਨਾਂ ਨੂੰ ਛੱਡ ਕੇ ਜੀ ਜੀ। ਇਹ ਸੰਤ ਸਮਾਜ ਨਾਨ ਤਰੀਕ ਸੰਤ ਸਮਾਜ ਹੈ, ਆਪਣੇ ਪੁੱਤਾਂ ਧੀਆਂ ਨੂੰ ਪਾਲਣ ਵਾਲੇ ਤੇ ਗੁਰੂ ਦੀਆਂ ਜਾਇਦਾਦਾਂ ਤੇ ਸਕੂਲ ਬਣਾ ਕੇ ਤੇ ਆਪਣੇ ਧੰਦਾ ਕਰਨ ਵਾਲੇ ਜਿਹੜੇ ਆ, ਇਹ ਸੰਤ ਸਮਾਜ ਕਿਵੇਂ ਅਖਵਾ ਸਕਦਾ ਹੈ, ਸੰਤ ਕਿਵੇਂ ਅਖਵਾ ਸਕਦੇ ਆ ਜੀ ਜੀ ਬਿਲਕੁਲ। ਤੇ ਆਪਾਂ ਜਿਹੜਾ ਜੀ ਹੁਣ ਜਿਹੜਾ ਸਮਾਂ ਵੀ ਉੱਧਰ ਸਮਾਪਤੀ ਵੱਲ ਨੂੰ ਵੱਧ ਰਿਹਾ ਆ, ਤੇ ਇੱਕ ਦੋ ਗੱਲਾਂ ਆਪਾਂ ਹੋਰ ਕਰਾਂਗੇ, ਜਿਸ ਦੇ ਵਿੱਚ ਵੀ ਜਿੱਦਾਂ ਪਿਛਲੇ ਦਿਨ ਵੀ ਉਹ ਆਪਾਂ ਜਿਹੜੀ ਗੱਲ ਸੁਣੀ ਵੀ ਮਹਿੰਦਰ ਕੌਰ ਜੋਸ਼ ਹੁਣਾਂ ਦੇ ਜਿਹੜਾ ਭਤੀਜਾ ਆ, ਜਦੋਂ ਉਹਨਾਂ ਨੇ ਦੋ ਕੁੜੀਆਂ ਨੂੰ ਕੁਚਲਿਆ
ਤੇ ਉਸ ਤੋਂ ਬਾਅਦ ਉਹ ਘਰ ਜਿਹੜੀ ਹੈ ਜੀ ਕਹਿੰਦੇ ਵੀ ਅਫਸੋਸ ਤੇ ਕੀ ਕਰਨ ਜਾਣਾ, ਉੱਥੇ ਜਾ ਕੇ ਕੀਮਤ ਲਾ ਰਹੇ ਆ, ਕੰਪਰੋਮਾਈਜ਼ ਕਰ ਰਹੇ ਆ ਵੀ ਲਓ ਜੀ ਲੱਖ ਲੱਖ ਰੁਪਇਆ ਲੈ ਲਓ ਅਤੇ ਚੁੱਪ ਕਰਕੇ ਬਹਿ ਜਾਓ। ਅਤੇ ਅੱਜ ਵੀ ਉਹਨਾਂ ਦੀ ਜਿਹੜੀ ਮਾਂ ਆ, ਉਸ ਬੱਚੀ ਦੀ ਮਾਂ ਆ ਜਿਹਦਾ ਆਪਣਾ ਇੱਕ ਜੀ ਘਰ ਵਾਲਾ ਜਿਹਦਾ ਚੱਲ ਗਿਆ, ਉਹ ਹੁਣ ਜਿਹੜੀ ਆ ਜੀ ਜਸਟਿਸ ਦੀ ਉਹ ਕਹਿੰਦੀ ਆ ਵੀ ਮੈਨੂੰ ਮਿਲੇ ਇਨਸਾਫ ਉੱਥੇ, ਅਤੇ ਇਨਸਾਫ ਮੰਗ ਰਹੀ ਉਹਨਾਂ ਕੋਲ ਜਿਨ੍ਹਾਂ ਦੇ ਬੰਦਿਆਂ ਨੇ ਉਹਦਾ ਕਤਲ ਕੀਤਾ। ਅਤੇ ਤੁਹਾਨੂੰ ਕੀ ਲੱਗਦਾ ਵੀ ਇਹ ਕੀ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ, ਕੀ ਇਸ ਬੱਚੀ ਦੇ ਪਰਿਵਾਰ ਨਾਲ ਕੁਛ ਬਣੇਗਾ? ਅਦਾਲਤ ਇਨਸਾਫ ਦੇਵੇ ਜਾਂ ਨਾ ਦੇਵੇ, ਲੇਕਿਨ ਇਸ ਗਰੀਬ ਔਰਤ ਦੇ ਅੱਥਰੂ ਜਿਹੜੇ ਨੇ ਉਹ ਗੁਰੂ ਨਾਨਕ ਦੇ ਦਰਬਾਰ 'ਚ ਜ਼ਰੂਰ ਕੋਈ ਮਹਿਣੇ ਰੱਖਦੇ ਨੇ। ਮੈਂ ਸਮਝਦਾ ਕਿ ਜਿਹੜੇ ਇਸ ਤਰ੍ਹਾਂ ਦੇ ਗੁੰਡਾ ਤਬਕਾ ਜਿਹੜਾ, ਇਹਨਾਂ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਨੱਥ ਪਊਗੀ, ਅੱਜ ਨਹੀਂ ਤੇ ਕੱਲ ਇਹਨਾਂ ਨੂੰ ਇਹ ਕੀਤੇ ਦੀ ਸਜ਼ਾ ਭੁਗਤਣੀ ਪਊਗੀ। ਜੀ ਜੀ, ਤੇ ਇਹੀ ਅਰਦਾਸ ਸਾਰੇ ਹੀ ਜਾਣੇ ਕਰਦੇ ਆ ਵੀ ਜਿਹੜਾ ਉੱਥੇ ਇੱਕ ਕਹਿ ਲਓ ਜੀ ਮੁਗਲਾਂ ਦਾ ਰਾਜ ਮੁੜ ਕੇ ਫੇਰ ਵਾਪਸ ਆ ਗਿਆ, ਉੱਥੇ ਗੁੰਡਾ ਰਾਜ ਬਸ ਹੂਟਰ ਮਾਰਦੇ ਤੇ ਏਦਾਂ ਭੱਜਦੇ ਨੇ ਹੂਟਰ ਮਾਰਦੇ ਕਿ ਜਿੱਦਾਂ ਅੱਗ ਬੁਝਾਉਣ ਜਾ ਰਹੇ ਨੇ। ਜੀ ਜੀ, ਜਦੋਂ ਸੜਕ ਤੇ ਇਹ ਬੱਚੇ ਇਹਨਾਂ ਦੇ ਲੀਡਰਾਂ ਦੇ ਹੂਟਰ ਮਾਰਦੇ ਨੇ ਤੇ ਹੂਟਰ ਤੋਂ ਡਰਾਈਵਰ ਨੂੰ ਹੁਕਮ ਹੁੰਦਾ ਕਿ ਹੂਟਰ ਤੋਂ ਹੱਥ ਨਹੀਂ ਚੁੱਕਣਾ, ਜਿਵੇਂ ਹੂਟਰ ਦੇ ਨਾਲ ਹੀ ਇਹਨਾਂ ਦੇ ਕਲਗੀ ਲੱਗ ਜਾਣੀ। ਜੀ 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 ਜੀ, ਤੇ ਹੂਟਰ ਮਾਰਦੇ ਗੱਡੀਆਂ ਇੰਨੀਆਂ ਤੇਜ਼ ਭਜਾ ਕੇ ਨਿਕਲਦੇ ਨੇ ਜਿੱਦਾਂ ਇਹ ਅੱਗ ਬੁਝਾਉਣ ਜਾ ਰਹੇ ਹੋਣ, ਇਹ ਘਰ ਨੂੰ ਅੱਗ ਲੱਗ ਗਈ ਹੋਵੇ ਤੇ ਅੱਗ ਬੁਝਾਉਣ ਜਾ ਰਹੇ ਹੋਣ। ਇਸ ਤਰ੍ਹਾਂ ਇਹਨਾਂ ਦਾ ਹਾਲ ਹੁੰਦਾ। ਇਹਨਾਂ ਨੇ ਸੜਕ ਸਮਝ ਸੜਕੀ ਕਿ ਸਾਡੇ ਪਿਓ ਦੀ ਆ, ਇਹ ਤੇ ਬਾਦਲ ਦਾ ਪਰਿਵਾਰ ਤੇ ਬਾਦਲ ਦੇ ਪੈਰਾਂ ਨੂੰ ਹੱਥ ਲਾਉਣ ਵਾਲੇ ਚੱਲ ਸਕਦੇ, ਹੋਰ ਕੋਈ ਗਰੀਬ ਨਹੀਂ ਚੱਲ ਸਕਦਾ। ਬਿਲਕੁਲ ਬਿਲਕੁਲ, ਤੇ ਤੇ ਜਾਂਦੇ ਜਾਂਦੇ ਜਸਦਾਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇੱਥੇ ਬਾਹਰ ਵੱਸਦੇ ਜਿਹੜੇ ਸਿੱਖ ਉਹਨਾਂ ਲਈ ਤੇ ਖਾਸ ਕਰਕੇ ਜਿਹੜੇ ਇੱਥੇ ਅਕਾਲੀ ਪਾਰਟੀ ਦੇ ਨਾਲ ਸੰਬੰਧਿਤ ਆ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੂੰਗਾ ਕਿ ਉਹ ਐਜ ਸਿੱਖ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣ ਦੇ ਨਾਤੇ, ਗੁਰੂ ਨਾਨਕ ਸਾਹਿਬ ਜੀ ਦੀ ਜਦੋ ਜਹਿਦ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮੁਗਲਾਂ ਨਾਲ ਜਦੋ ਜਹਿਦ ਜਿਹੜੀਆਂ ਪੰਜ ਪੰਜ ਲੜਾਈਆਂ ਲੜੀਆਂ, ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਉਹ ਗੁੰਮਤ ਜਿਉਂਦੇ ਨੇ, ਜਿਹਨਾਂ ਦੀ ਗੁੰਮਤ ਦੀ ਜਿਸ ਗੁੰਮਤ ਦੀ ਉਚਾਈ ਅੱਜ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਦੀ ਰੋਜ਼ੀ ਰੋਟੀ ਬਣੀ ਹੋਈ ਆ। ਇਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ, ਗੁਰੂ ਅਰਜਨ ਦੇਵ ਜੀ ਦੀਆਂ ਕੁਰਬਾਨੀਆਂ, ਗੁਰੂ ਸਾਹਿਬ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ, ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਬੱਚੇ ਦੀ ਕੁਰਬਾਨੀ, ਇਹ ਪੁਰਾਤਨ ਸ਼ਹੀਦਾਂ ਦੇ ਜਿਹੜੇ ਬੱਚੇ ਸਿੰਘਣੀਆਂ ਤੇ ਉਹਨਾਂ ਦੇ ਬੱਚਿਆਂ ਦੀਆਂ ਸ਼ਹਾਦਤਾਂ ਨੂੰ ਪਿੱਠ ਨਾ ਦੇਣ, ਪਰਿਵਾਰ ਦੀ ਮਦਦ ਨਾ ਕਰਨ, ਬਲਕਿ ਪੁਰਾਤਨ ਸਿੱਖਾਂ ਦੀ ਤਰ੍ਹਾਂ ਜਿਹਨਾਂ ਨੇ ਅਕਾਲੀ ਦਲ ਬਣਾਇਆ ਸੀ, ਅਕਾਲੀ ਦਲ ਦਾ ਪੁਰਾਣਾ ਸੰਵਿਧਾਨ ਲੈ ਕੇ ਪੜ੍ਹਨ, ਤੇ ਅਕਾਲੀ ਦਲ ਨੂੰ ਉਸ ਲਾਈਨ ਤੇ ਲਿਆਉਣ ਲਈ ਆਪਣਾ ਟਾਈਮ ਵੇਸਟ ਕਰਨ ਤੇ ਪੈਸਾ ਵੇਸਟ ਕਰਨ, ਨਾ ਕਿ ਇਹ ਜਿਹਨਾਂ ਨੇ ਚਲੇ ਜਾਣਾ, ਜਿਹੜੇ ਥੋੜੇ ਦਿਨਾਂ ਦੇ ਪ੍ਰਾਹੁਣੇ ਨੇ ਉਹਨਾਂ ਦੇ ਪਿੱਛੇ ਇਹਨਾਂ ਦੇ ਜੀ ਹਜ਼ੂਰੀਏ ਬਣ ਕੇ ਘੁੰਮਣ ਦੀ ਥਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ, ਕਿਉਂਕਿ ਕਿਸੇ ਦਾ ਵੀ ਇੱਥੇ ਕੋਈ ਮੁਕਾਮ ਨਹੀਂ, ਇਹ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਗੁਰੂ ਸਾਹਿਬ ਕਹਿੰਦੇ ਆਪਣੇ ਦਿਲ ਨੂੰ ਪੁੱਛ ਤੇ ਕਹਿ ਕੇ ਤਹਿਕੀਕਾਤ ਕਰਕੇ ਦੇਖ ਕੇ ਇੱਥੇ ਦੁਨੀਆਂ ਚ ਕੋਈ ਰਿਹਾ? ਇਹ ਦੁਨੀਆਂ ਫਨਾ ਹੋਣ ਵਾਲਾ ਮੁਕਾਮ ਆ, ਇੱਥੇ ਜਿੰਨੀ ਦੇਰ ਤੁਸੀਂ ਰਹਿੰਦੇ ਹੋ ਓਨੀ ਦੇਰ ਇੱਕ ਆਪਣਾ ਜੀਵਨ ਬਣਾਓ ਤੇ ਇੱਕ ਕੌਮ ਦੀ ਚੜ੍ਹਦੀ ਕਲਾ ਲਈ, ਇੱਕ ਸਿਧਾਂਤ ਨੂੰ ਜਿਉਂਦਾ ਰੱਖਣ ਲਈ ਆਪਣਾ ਯੋਗਦਾਨ ਪਾਓ। ਜਿੱਥੇ ਸੱਚ ਦੀ ਗੱਲ ਕਰਨ ਵਾਲੀ ਉੱਥੇ ਜ਼ਰੂਰ ਕਰੋ, ਕਿਉਂਕਿ ਗੁਰੂ ਖੁਸ਼ ਹੁੰਦਾ। ਜੇ ਕੋਈ ਬੰਦਾ ਖੁਸ਼ ਨਾ ਹੋਵੇ ਤੇ ਬੰਦੇ ਨੇ ਤੇ ਮਰ ਜਾਣਾ, ਪਰ ਜਿਹਨੇ ਗੱਲ ਨਾ ਲਾਉਣਾ, ਜਿਹਨੇ ਤੁਹਾਨੂੰ ਸੋਹਣੀ ਮੌਤ ਦੇਣੀ ਆ, ਜਿਹਨੇ ਤੁਹਾਨੂੰ ਅਖੀਰਲੇ ਸਮੇਂ ਤੇ ਬਾਂਹ ਫੜਨੀ ਆ, ਦਸਤਗੀਰੀ ਦੇਹ ਦਲਾਵਰ ਤੁਸੀਂ ਇੱਕ ਦਸਤਗੀਰ ਤੇ ਅਕਾਲ ਪੁਰਖ ਆ ਜੀ। ਵਰਨਾ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਆਖਰ ਬੇਅਫਤੰ ਕਸ ਨਾ ਦਾਰਦ ਚੂੰ ਸਬਦ ਤਕਬੀਰ, ਜਦੋਂ ਤੈਨੂੰ ਕਬਰ ਵਿੱਚ ਪਾਇਆ ਅੰਤ ਵੇਲੇ ਦੀ ਅਰਦਾਸ ਹੋਣ ਲੱਗੀ, ਜਦੋਂ ਤੈਨੂੰ ਚਿਖਾ ਤੇ ਰੱਖਿਆ ਅੰਤ ਵੇਲੇ ਦੀ ਅਰਦਾਸ ਹੋਣ ਲੱਗੀ, ਉਸ ਟਾਈਮ ਤੇ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਭਾਵੇਂ ਕੋ ਔਰਤ ਹੋਵੇ, ਭਰਾ ਹੋਵੇ, ਪੁੱਤਰ ਹੋਵੇ, ਬ੍ਰਦਰ ਹੋਣ, ਉਹ ਦਸਤਗੀਰ ਨਹੀਂ ਬਣਦੇ। ਦਸਤਗੀਰੀ ਇੱਕ ਅਕਾਲ ਪੁਰਖ ਸੱਚੇ ਵਾਹਿਗੁਰੂ ਦਿੰਦਾ, ਉਸ ਉਹਦੀ ਸੇਵਾ ਚ, ਗੁਰੂ ਦੀ ਦੱਸੀ ਸੇਵਾ ਚ ਆਪਣਾ ਜੀਵਨ ਬਤੀਤ ਕਰੋ। ਵਿਅਕਤੀਗਤ ਸੇਵਾ ਨੂੰ ਭੁੱਲ ਜਾਓ, ਵਿਅਕਤੀਗਤ ਚਾਪਲੂਸੀ ਨੂੰ ਭੁੱਲ ਜਾਓ। ਇਹ ਝੂਠੀ ਸ਼ਾਨੋ ਸ਼ੈਕਤ ਜਿਹੜੀ ਕਿਤੇ ਸੋਭਾ ਨਹੀਂ ਦਵਾਉਂਦੀ, ਅੱਜ ਉਹਨਾਂ ਦੀ ਦੁਰਗਤ ਹੋ ਰਹੀ ਆ, ਉਹਨਾਂ ਤੇ ਥੂ ਥੂ ਕਰਦੀ ਦੁਨੀਆਂ, ਜਿਹੜੀ ਆਪਣੀ ਸੋਭਾ ਲਈ, ਆਪਣੇ ਜਲਵੇ ਦਿਖਾਉਣ ਲਈ ਲੋਕਾਂ ਨੂੰ ਗੱਡੀਆਂ ਥੱਲੇ ਦੇਣ ਡਏ ਨੇ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਦੇ ਪਏ ਨੇ। ਇਸ ਤਰ੍ਹਾਂ ਸੋਭਾ ਨਹੀਂ ਮਿਲਦੀ। ਤੋਂ ਸਾਰੇ ਵੀਰਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਜਿਹੜੀ ਪਿੱਠ ਦਿਓ ਬੁਰੇ ਕੰਮਾਂ ਨੂੰ, ਪਿੱਠ ਦਿਓ ਬੁਰੇ ਆਦਮੀ ਨੂੰ,
गुरु नानक साहब के मिशन नूं पिछ ना दिओ। गुरु नानक दे मिशन ते चलन वालियां दी जे तुसी हैल्प नहीं कर सकते, सच बोलन वालियां दी तुसी कदर नहीं कर सकते, ते घटो घट झूठ बोलन वालियां दे नाल वी तुसी ना करो। जी जी बिल्कुल, तो बहुत वधिया विचार जसदार जी तुसी जिहड़े आ पेश कीते आ, ते एक करी फिर पंजाबी रेडियो USA तुहानूं बहुत बहुत तुहाडा धन्नवाद करदा वी तुसी अपने समय तों समां कढ के वी तुसी इहनां हमेशा ही जदों पंथ दी कोई गल हुंदी है, इदां दी कोई गलबात हुंदी आ, तां जरूर तुसी आ के साडे नाल जुड़दे हो। बहुत बहुत तुहाडा धन्नवाद, ते वाहिगुरू जी का खालसा वाहिगुरू जी की फतेह। ਅਤੇ ਸਰੋਤਿਓ ਆਪਾਂ ਗੱਲਬਾਤ ਕਰ ਰਹੇ ਸੀ ਜਥੇਦਾਰ ਰਣਜੀਤ ਸਿੰਘ ਹੁਣਾਂ ਦੇ ਨਾਲ, ਜਿਨ੍ਹਾਂ ਨੇ ਜਿਹੜਾ ਕਿ ਸਾਡਾ ਅੱਜ ਦਾ ਸ਼ੋਅ ਰਾਜ ਨਹੀਂ ਸੇਵਾ, ਕਿੱਦਾਂ ਸੇਵਾ ਉੱਥੇ ਜਿਹੜੀ ਨਿਭਾਈ ਜਾ ਰਹੀ ਆ ਪੰਜਾਬ ਸਰਕਾਰ ਵੱਲੋਂ ਇੱਕ ਆਮ ਇਨਸਾਨ ਦੇ ਨਾਲ, ਆਮ ਇਨਸਾਨ ਦੇ ਨਾਲ ਨਾਲ ਜਿਹੜੇ ਉੱਥੋਂ ਦੇ ਸਰਕਾਰੀ ਮੁਲਾਜ਼ਮ ਆ ਉਹਨਾਂ ਦੇ ਨਾਲ ਕੀ ਹੋ ਰਿਹਾ ਆ, ਅਤੇ ਉਹ ਜਿਹੜੀ ਆ ਉਸ ਚੀਜ਼ ਦੇ ਉੱਤੇ ਉਹਨਾਂ ਨੇ ਜਿਹੜਾ ਜੀ ਗੱਲਬਾਤ ਕੀਤੀ, ਵਿਚਾਰ ਆਪਣੇ ਪੇਸ਼ ਕੀਤੇ ਆ। ਅਤੇ ਜਿੱਦਾਂ ਆਪਾਂ ਜਿਹੜੀ ਸੁਣੀ ਆ ਗੱਲਬਾਤ ਸੁਣੀ ਆ, ਜਿੱਦਾਂ ਆਪਾਂ ਨੂੰ ਪਤਾ ਵੀ ਇੱਕ ਬਹੁਤ ਹੀ ਅਫਸੋਸਜਨਕ ਜਿਹੜਾ ਇੱਕ ਗੱਲ ਹੋਈ ਆ, ਜਿੱਥੇ ਕਿ ਇੱਕ ਧੀ ਇੱਕ ਕੁੜੀ ਵੱਲੋਂ ਜਿਹਨੂੰ ਕਿ ਰੋਜ਼ਾਨਾ ਉਸ ਮੁੰਡੇ ਵੱਲੋਂ ਰਣਜੀਤ ਰਾਣੇ ਵੱਲੋਂ ਜਿਹੜਾ ਜੀ ਛੇੜਿਆ ਜਾਂਦਾ ਸੀ, ਉਸਨੇ ਜਦ ਆਪਣੇ ਪਿਤਾ ਨੂੰ ਦੱਸਿਆ ਅਤੇ ਪਿਤਾ ਦੇ ਕਹਿਣ ਦੇ ਉੱਤੇ ਜਿਹੜਾ ਜੀ ਉਹ ਵੀ ਨਹੀਂ ਟਲਿਆ, ਉਹਨੇ ਕਈ ਵਾਰ ਸ਼ਿਕਾਇਤ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਫਿਰ ਵੀ ਨਹੀਂ ਟਲਿਆ, ਤਾਂ ਜਦ ਉਹਨੇ ਅੰਤ ਵਿੱਚ ਆ ਕੇ ਉਸਦੇ ਪਿਤਾ ਨੇ ਆਪ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਉਸਨੂੰ ਉੱਥੇ ਗੋਲੀਆਂ ਮਾਰੀਆਂ, ਉਸ ਦੇ ਨਾਲ ਨਾਲ ਉਸ ਕੁੜੀ ਦੇ ਉੱਤੇ ਗੋਲੀ ਮਾਰੀ। ਜਦ ਉਹ ਗੋਲੀ ਜਿਹੜੀ ਆ ਜੀ ਕਹਿੰਦੇ ਆ ਜਿੱਦਾਂ ਆਪਾਂ ਪੜ੍ਹ ਵੀ ਰਹੇ, ਜਿੱਦਾਂ ਪਤਾ ਹੈ ਆਪਾਂ ਨੂੰ ਵੀ ਉਹ ਜਿਹੜੀ ਆ ਉਦੋਂ ਉਸ ਟਾਈਮ ਦੇ ਉੱਤੇ ਸਿਰਫ ਜ਼ਖਮੀ ਸੀ, ਤਾਂ ਘਰ ਜਾ ਕੇ ਅੱਧੇ ਘੰਟੇ ਬਾਅਦ ਜਿਹੜਾ ਜੀ ਆ ਕੇ ਰਾਈਫਲ ਲਿਆ ਕੇ ਦੁਬਾਰਾ ਗੋਲੀ ਮਾਰ ਕੇ ਉੱਥੇ ਉਹਨੂੰ ਜਿਹੜਾ ਜੀ ਉਸ ASI ਰਵਿੰਦਰਪਾਲ ਸਿੰਘ ਹੁਣਾਂ ਦੀ ਜਿਹੜੀ ਆ ਜੀ ਉੱਥੇ ਹੱਤਿਆ ਕਰ ਦਿੱਤੀ ਗਈ। ਐਸਾ ਗੁੰਡਾ ਰਾਜ ਜਿਹੜਾ ਇਸ ਟਾਈਮ ਜਿਹੜਾ ਜੀ ਪੰਜਾਬ ਦੀ ਉਸ ਧਰਤੀ ਦੇ ਉੱਤੇ ਚੱਲ ਰਿਹਾ ਜਿੱਥੇ ਗੁਰੂਆਂ ਪੀਰਾਂ ਨੂੰ ਦੀ ਸ਼ੋਅ ਪ੍ਰਾਪਤ ਆ, ਅਤੇ ਆਮ ਇਨਸਾਨ ਉੱਥੇ ਕੀ ਕਰੇਗਾ ਜਦੋਂ ਉੱਥੇ ਦੇ ਪੁਲਿਸ ਮੁਲਾਜ਼ਮਾਂ ਦੇ ਨਾਲ ਇਹ ਹਾਲਾਤ ਉੱਥੇ ਹੋ ਰਹੇ ਆ। ਸੋ ਇਹ ਹਰ ਇੱਕ ਦੇ ਵਿਚਾਰਨ ਯੋਗ ਗੱਲ ਆ ਵੀ ਉੱਥੇ ਆਪਾਂ ਕੀ ਕਰ ਸਕਦੇ ਹਾਂ, ਕਿਵੇਂ ਕਰ ਸਕਦੇ ਹਾਂ। ਵੱਧ ਤੋਂ ਵੱਧ ਜਿਹੜਾ ਜੀ ਹਰ ਇੱਕ ਨੂੰ ਜਿਹੜਾ ਜੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰੋ, ਜਿਨ੍ਹਾਂ ਦੇ ਨਾਲ ਵੀ ਤੁਹਾਡਾ ਉੱਥੇ ਵਾਹ ਪੈਂਦਾ ਆ, ਜਿਨ੍ਹਾਂ ਨੂੰ ਵੀ ਤੁਸੀਂ ਜਾਣਦੇ ਹੋ, ਉਹਨਾਂ ਨੂੰ ਜਿਹੜਾ ਜੀ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰੋ। ਇਹ ਜੋ ਹਾਲਾਤ ਇਸ ਟਾਈਮ ਬਣਦੇ ਜਾ ਰਹੇ ਆ, ਅਤੇ ਜੋ ਮਿਡਲ ਈਸਟ ਦੇ ਵਿੱਚ ਹਾਲਾਤ ਇਸ ਟਾਈਮ ਚੱਲ ਰਹੇ ਆ ਪਿਛਲੇ ਕਈ ਸਾਲਾਂ ਤੋਂ, ਉਹ ਦਿਨ ਦੇਰ ਨਹੀਂ ਆਉਣ ਵਾਲਾ ਫਿਰ ਵੀ ਉੱਥੇ ਵੀ ਜਿਹੜਾ ਇੱਕ ਇੱਦਾਂ ਦਾ ਫਿਰ ਮੁਹਿੰਮ ਉੱਥੇ ਚੱਲੇਗੀ, ਜਦੋਂ ਲੋਕਾਂ ਦੇ ਜਿਹੜਾ ਸਬਰ ਦਾ ਜਿਹੜਾ ਕਹਿੰਦੇ ਆ ਜੀ ਫਲ ਜਿਹੜਾ ਭਰ ਜਾਵੇਗਾ, ਤਾਂ ਫਿਰ ਜਦੋਂ ਉਹ ਛਲਕੇਗਾ ਤਾਂ ਫਿਰ ਇਹਨਾਂ ਹੀ ਜਿਹੜੇ ਲੀਡਰਾਂ ਨੂੰ ਅਤੇ ਜਿਹੜੇ ਸਾਰੇ ਹੀ ਅਖੌਤੀ ਜਿੰਨੇ ਬਾਬੇ ਸੰਤ ਜੋ ਵੀ ਬਣੇ ਫਿਰਦੇ ਆ ਉਹਨਾਂ ਦੇ ਉੱਤੇ ਜਦੋਂ ਡੁੱਲੇਗਾ ਤਾਂ ਫਿਰ ਉਹ ਕਹਿਰ ਇਹਨਾਂ ਤੋਂ ਸਹਾਰਿਆ ਨਹੀਂ ਜਾਣਾ। ਸੋ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਜਲਦੀ ਤੋਂ ਜਲਦੀ ਲੋਕ ਜਿਹੜੇ ਜੀ ਜਾਗਰੂਕ ਹੋਣ, ਅਤੇ ਇਹਨਾਂ ਜਿਹੜਾ ਜੀ ਪਾਪੀਆਂ ਦਾ ਇਹਨਾਂ ਦੋਸ਼ੀਆਂ ਦਾ ਜਲਦੀ ਤੋਂ ਜਲਦੀ ਅੰਤ ਹੋਵੇ। ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ ਰਾਜ ਨਹੀਂ ਸੇਵਾ ਦੀ ਇੱਥੇ ਹੀ ਸਮਾਪਤੀ ਆ, ਅਤੇ ਫਿਰ ਅਗਲੇ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਅਸੀਂ ਹਾਜ਼ਰ ਹੁੰਦੇ ਹਾਂ। ਅਤੇ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ, ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਇਹ ਆ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA ਅਮਰੀਕਾ ਚ ਪੰਜਾਬੀਆਂ ਦੀ ਆਪਣੀ ਆਵਾਜ਼।